गुर रसना अमृत बोल दी, श्री वाहे गुरु।
ਵਾਲੀ ਹੰਡ ਦੇ ਫੁੱਲਾਂ ਚ ਦੁਆਲੇ ਉਹ ਫੁੱਲਾਂ ਚ ਦੁਆਲੇ ਤੈਨੂੰ ਮੈਂ ਇੱਕ ਵੰਡ ਦੇ ਫੁੱਲਾਂ ਚ ਦੁਆਲੇ ਤੈਨੂੰ ਮੈਂ ਇੱਕ ਵੰਡ ਦੇ ਇੱਕਾਂ ਚਾਰ ਸੱਤਰ ਦਿਨਾਂ ਦੀ ਸ਼ਾਨ Thank you.
ਖਾਲਸਾ ਜੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕਰ ਲਈ ਤਰ ਗਏ
ਕਿਸੇ ਨੇ ਅਰਦਾਸਾਂ ਕੀਤੀਆਂ ਪਰਦੇਸਾਂ 'ਚ ਜਾਣ ਦੀਆਂ, ਮਹਾਂਪੁਰਖਾਂ ਨੇ ਰਹਿਮਤਾਂ ਵਰਤਾਈਆਂ, ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ। ਕੋਈ ਦੁੱਧ ਦੀਆਂ ਦਾਤਾਂ ਮੰਗਦਾ ਮਿਲਦੀਆਂ, ਕੋਈ ਸੁੱਖਾਂ ਦੀਆਂ ਦਾਤਾਂ ਮੰਗਦਾ ਮਿਲਦੀਆਂ, ਕੋਈ ਪੁੱਤਾਂ ਦੀਆਂ ਦਾਤਾਂ ਮੰਗਦਾ ਮਿਲਦੀਆਂ। ਕਿਉਂਕਿ ਜਿਹੜਾ ਸੱਚਾ ਸਾਧੂ ਹੈ ਉਹਦੇ ਬਾਬਤ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਬਾਜਾਂ ਵਾਲੇ, ਉਹ ਤਾਜਾਂ ਵਾਲੇ, ਉਹ ਤਖਤਾਂ ਵਾਲੇ, ਗਰਜਮੀਆਂ ਆਵਾਜ਼ਾਂ ਵਾਲੇ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੇ, ਸ਼ਹੀਦ ਪਿਤਾ ਦਾ ਪੁੱਤ, ਸ਼ਹੀਦ ਪੁੱਤਰਾਂ ਦਾ ਬਾਪੂ, ਜਿੰਨਾ ਵਰਗਾ ਜਰਨੈਲ ਕੋਈ ਨਹੀਂ, ਜਿੰਨਾ ਵਰਗਾ ਭਗਤ ਕੋਈ ਨਹੀਂ, ਜਿੰਨਾ ਵਰਗਾ ਦਾਨੀ ਕੋਈ ਨਹੀਂ। ਉਹ ਮਹਾਬਲੀ ਤਪਸਵੀ ਵੀਰ ਕਿਉਂਦਾ, ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਮਾਂ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ, ਉਹ ਮੁੜ ਕੇ ਜੰਮਣਾ ਨਹੀਂ ਕੋਈ ਉਹਦੇ ਨਾਂ ਦਾ ਪੁੱਤ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਜਿੰਨਾ ਨਾ ਵਿਸਰੇ ਨਾਮ ਸਿੱਖ ਨਿਹਾਲ, ਜਿਨ੍ਹਾਂ ਨੂੰ ਨਾ ਵਿਸਰਦਾ ਹੀ ਨਹੀਂ, ਜਿਹੜੇ ਚੰਦੋਂ ਪੈਰ ਅੱਠੋਂ ਪੈਰ ਉਹਦੀ ਸਿੱਧੋ ਸਲਾਹ ਕਰਦੇ ਆ, ਉਹਦੀ ਬੰਦਗੀ ਕਰਦੇ ਆ, ਉਹ ਕਿਹੋ ਜਿਹੇ ਆ, ਜਿਨ੍ਹਾਂ ਨਾ ਵਿਸਰੇ ਨਾਮ ਸਿੱਖ ਨਿਹਾਲ, ਭੇਦ ਨਾ ਜਾਣੋ ਮੂਲ ਸਾਈਂ ਦੇ। ਉਹ ਕਹਿੰਦੇ ਰੱਬ ਵਿੱਚ ਤੇ ਫਿਰ ਰੱਬ ਦੇ ਪਿਆਰਿਆਂ 'ਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕੱਠ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖਿਆ ਸਮਾਂ। ਜਿਵੇਂ ਜਲ ਦੇ ਵਿੱਚੋਂ ਤਰੰਗਾਂ ਉਪਜਦੀਆਂ ਨਾ, ਤੇ ਜਲ ਦੇ ਵਿੱਚ ਹੀ ਸਮਾ ਜਾਂਦੀਆਂ। ਇਸੇ ਤਰ੍ਹਾਂ ਅਕਾਲ ਪੁਰਖ ਦੇ ਘੱਲੇ ਹੋਏ ਸਰੂਪ ਸ਼੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਵਰਗੇ, ਉਹ ਅਕਾਲ ਪੁਰਖ ਦੇ ਵਿੱਚ ਹੀ ਅਭੇਦ ਹੋ ਜਾਂਦੇ। ਸਾਧੂ ਹੁੰਦੇ ਆ ਪਰ ਉਪਕਾਰਾਂ ਦੀਆਂ ਝੜੀਆਂ ਲਾਉਣ ਲਈ, ਜਨਮ ਮਰਨ ਦੋਹੋ ਹੂਮੈ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ, ਹਰਸਿਓ ਲੈਣ ਮਿਲਾਏ। ਤੇ ਆਓ ਵੱਡਿਆਂ ਭਾਗਾਂ ਵਾਲਿਓ, ਜਿਹੜੇ ਅੱਜ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾ ਰਹੇ, ਬਹੁਤ ਵੱਡੇ ਉਪਰਾਲੇ ਇੱਥੋਂ ਦੀਆਂ ਸੰਗਤਾਂ ਦੇ, ਬਹੁਤ ਵੱਡੇ ਉਪਰਾਲੇ ਸੰਤ ਬਾਬਾ ਨਛੱਤਰ ਸਿੰਘ ਜੀ, ਬਾਬਾ ਬੁੱਢਾ ਸਿੰਘ ਜੀ, ਤੇ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਭਰਾ, ਜਿਨ੍ਹਾਂ ਨੇ ਪਿਛਲੇ ਸਾਲ ਹੀ ਕਹਿ ਦਿੱਤਾ ਸੀ ਕਿ ਅਗਲੇ ਸਾਲ ਇਸ ਧਰਤੀ ਦੇ ਉੱਤੇ ਜੋ ਰੱਖੜ ਪੁੰਨਿਆ ਦਾ ਦਿਨ, ਪੂਰਨਮਾਸ਼ੀ ਦਾ ਦਿਨ ਆਵੇਗਾ, ਉਸ ਦਿਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਗੁਰਮਤ ਸਮਾਗਮ ਉਲੀਕੇ ਜਾਣਗੇ, ਤੇ ਤੁਸਾਂ ਨੇ ਹਾਜ਼ਰੀ ਭਰਨੀ। ਆਓ ਮਹਾਂਪੁਰਖਾਂ ਦੇ ਚਰਨਾਂ 'ਚ ਹਾਜ਼ਰੀਆਂ ਲਵਾਉਣ ਵਾਸਤੇ ਆਏ ਆ। ਵੀਰਾਂ ਨੇ ਹੁਕਮ ਲਾਇਆ, ਖਾਲਸਾ ਜੀ, ਵੀਰ ਦਪਿੰਦਰ ਸਿੰਘ ਸ਼ੇਖੋ, ਸਾਰਾ ਹੀ ਪਰਿਵਾਰ ਮਹਾਂਪੁਰਖਾਂ ਦੇ ਚਰਨਾਂ ਨਾਲ ਜੁੜਿਆ ਹੋਇਆ। ਸਰਦਾਰ ਬਹਾਦਰ, ਸਰਦਾਰ ਲਖਵੀਰ ਸਿੰਘ ਜੀ ਵੱਡੀਆਂ ਸੇਵਾਵਾਂ ਨਿਭਾ ਰਹੇ ਆ। ਖਾਲਸਾ ਜੀ, ਉਹ ਵੀ ਜੁੜ ਕੇ ਬੈਠੇ ਆ। ਆਓ ਜਿੰਨੀਆਂ ਵੀ ਸੰਗਤਾਂ ਜੁੜ ਕੇ ਬੈਠੀਆਂ, ਫਤਿਹ ਗਜਾਇਓ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ, ਕਿਉਂਕਿ ਉਹ ਹਾਜ਼ਰ ਨਾਜ਼ਰੀ ਨੇ। ਸੰਗਤ ਜੀ, ਜਿਹੜਾ ਫਤਿਹ ਦੇ ਨਾਲ ਪਿਆਰ ਕਰਦਾ ਉਹਦੀ ਆਤਮਾ ਫਤਿਹ ਪਾ ਜਾਂਦੀ। ਫਤਿਹ ਬੁਲਾਉਣ ਤੋਂ ਕਰੇ ਸੰਕੋਚ, ਜਿਹੜਾ ਉਹਨੂੰ ਫਤਿਹ ਹੈ ਫਤਿਹ ਬੁਲਾ ਜਾਂਦੀ। ਫਤਿਹ ਦੀ ਸਦਾ ਜੱਗ ਤੇ ਜਿੱਤ ਹੁੰਦੀ, ਸਦਾ ਸੰਗਤ ਦੇ ਨਾਲ ਹੀ ਪਾਈ ਦੀਏ। ਜਦੋਂ ਗੁਰ ਦਰਬਾਰ ਆਈਏ ਉਦੋਂ ਢਿੱਲੀ ਨਹੀਂ ਬਈ, ਉਦੋਂ ਗੱਜ ਕੇ ਫਤਿਹ ਗਜਾਈ ਦੀਏ। ਜਗਿੰਦਰ ਜੀ ਜੀ ਨੇ ਆਕੇ ਆਵਤ ਸਿੰਘ ਚੋਂ ਪਾਵੇ, ਵਾਹਿਗੁਰੂ ਜੀ ਕੀ ਗੱਜ ਕੇ ਫਤਿਹ ਗਜਾਵੇ। ਮਰਦ ਕਹਿੰਦੇ ਜਿਹੜਾ ਕੱਚ ਕੇ ਫਤਿਹ ਬੁਲਾਉਂਦਾ ਉਹਦੇ ਵੱਲ ਮੇਰਾ ਮੁੱਖ। ਤੇ ਆਪਾਂ ਖੁਸ਼ੀਆਂ ਲੈਣੀਆਂ ਸਤਿਗੁਰੂ ਦੀਆਂ, ਖੁਸ਼ੀਆਂ ਲੈਣੀਆਂ ਮਹਾਂਪੁਰਖਾਂ ਦੀਆਂ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਖਾਲਸਾ ਜੀ, ਦੋਨੋਂ ਹੱਥ ਜੋੜੋ, ਸੀਸ ਨੂੰ ਝੁਕਾਓ, ਰਸਨਾ ਨੂੰ ਪਵਿੱਤਰ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਤੇ ਖਾਲਸਾ ਜੀ, ਅੱਜ ਤੱਕ ਦੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਗੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਪਹਿਲਾ ਨਗਮਾ ਮਹਾਂਪੁਰਖਾਂ ਦੇ ਜਨਮ ਦਿਹਾੜੇ ਨੂੰ, ਕਿਉਂਕਿ ਸੰਨ 1937 10 ਅਗਸਤ ਦਾ ਦਿਨ, ਸਰਦਾਰ ਬਹਾਦਰ, ਸਰਦਾਰ ਮਨਸਾ ਸਿੰਘ ਜੀ ਦਾ ਪਰਿਵਾਰ, ਮਾਤਾ ਜੀ ਮਾਤਾ ਸ਼ਾਂਤੀ ਦੇਵੀ ਜੀ, ਜਿਹੜੀ ਮਾਂ ਪਰਮੇਸ਼ਰ ਦੀ ਬੰਦਗੀ ਕਰਨ ਵਾਲੀ ਆ, ਇਬਾਦਤ ਕਰਨ ਵਾਲੀ ਆ, ਚੇਤੇ ਰੱਖਿਓ
खालसा जी तुलसीदास ने लिखिया कहिंदा जननी जने ता भगत जन कहदा ता कह सूर नहीं ता जननी बांझ रहे काहे के बाबे नूर कहिंदा मां पुत पैदा करना चाहुंदी आ ते पुत एहो जिहा पैदा करी जेड़ा तेरी कुख नूं रुशनावे पुत दानी भगत जां सूरमा होना चाहिए हुण जेड़ी मां आप बंदगी करदी आ खालसा जी बाणी पढ़दी आ ओ मां दी कुख तों साधु संत महात्मा भगत पुत्र पैदा हुंदा ते खालसा जी माता शांति देवी बंदगी करन वाली मां इबादत करन वाली मां परमेश्वर दे दर दे नाल जुड़ी हुई मां ओ परिवार जिहड़ा सतगुरु दे दर दे नाल जुड़िया होया अरदासां करदा महाराज एहो जिहा लाल बख्शी जिहड़ा मनुखता दी सेवा करे लोड़बंदा दी सेवा करे भजन सिमरन बंदगी करे क्योंकि भाग ला दंदे आ धरती नूं पावन हुंदी रूप की रंग बाह फड़ के सिद्धियां पा देवन राह बदल दे तकदीरां दी तुरों लिखियां भी बदल दंदे ओ मत्थे दीआं लकीरां दी सजणा जो कुछ तेरे मस्तक च नहीं भी लिखिया साधुआं कोल एडी पावर आ एडी शक्ति आ ओ परमेश्वर तों लैके दे दंदे किहा साधु दा रब भी मोड़दा नहीं जो चाहे वो साधु करवा सकता है इको नजर नाल बख्श दे बादशाह नूं बादशाहां तो पीख मंगा सकता है थूक मार के सब कुछ भस्म कर दूं जो चाहे वो साधु करवा सकता है ते खालसा जी हाथ साधु दे कुंजी है बरकतां दी जो चाहे वो साधु करवा सकता है ते वेखो भाग ला दंदे आ धरती नूं पावन हुंदी रूप कीरां दी बाह फड़ के सिद्धियां पा देवन रा बदल दे तकदीरां दी तुरों लिखियां भी बदल दंदे ओ मत्थे दीआं लकीरां ओनू किते जाण दी लोड़ नहीं ओनू किते जाण दी लोड़ नहीं श्रीमान संत बाबा अजीत सिंह साहिब जी जिनू ओट तेरे जहे पीरां दी जिनू ओट तेरे जहे पीरां दी ते आओ जिवें महापुरखां दा माता शांति देवी दी कुखों जन्म होया ना ओ भरतगढ़ रोपड़ दी धरती ओ कर्मा वाली धरती ओ भागा वाली धरती जदों 10 अगस्त 1937 नूं महापुरखां दा जन्म हुंदा माता शांति देवी दियां अरदासां बेनतियां प्रवान हुंदियां धन ओ अकाल पुरख जिहड़ा अपनी दो खालसा जी क्योंकि साधु जेड़े मनुखता दे भले दे लई इस धरती दे तख्ते ते आउंदे आ एहो जे साधु संत महात्मा श्रीमान संत बाबा अजीत सिंह जी हंसाली वाले जदों धरती दे तख्ते ते ओह आए उन्हां दे जन्म दिन नूं समर्पित इह नगमा के लिया जन्म तां मिलन वधाइयां धन बाबा अजीत सिंह जी दिया लख लख सब नूं वधाइयां धन बाबा अजीत सिंह Thank you.
देवी वालों में एक चाले दस रूसी ओ तक तक चेहरा करे नोखा जे हनूर सी शांति देवी वालों में एक चाले दस रूसी ओ बाबू मनसा करे बाबू मनसा करे बाबू मनसा सिंह करे खुशियां ने शाइयां धन बाबा जीत सिंह जी लिया जन्म ते मिलन बधाइयां धन बाबा जीत सिंह जी हो लिया जन्म ते मिलन बधाइयां धन बाबा जीत जेड़ा पूरा है कहनी
कथनी दे विच हुंदा जेड़ा पूरा ले अजीत सिंह साहब संगत जी बड़िया भागा वाले साधुआ के दर से गुरु साहबान के दर से जुड़ के बैठे महापुरखों का जन्म दिहाड़ा मना रहे हो बड़िया रहमत बड़िया खुशियां सरदार बहादुर सरदार लखवीर सिंह उन्होंने परिवार को बख्शियां सज जाने हो दिलों मुहब्बत प्यार महापुरखों के चरणों के नाल इस परिवार की ਵੀਰ ਦਪਿੰਦਰ ਸਿੰਘ ਜੀ ਸ਼ੇਖੋਂ ਭਾਵੇਂ ਯੂਐਸਏ ਬੈਠੇ ਆ ਪਰ ਦਿਲ ਇੱਥੇ ਤੜਫ ਰਿਹਾ ਦਿਲ ਇਸ ਧਰਤੀ ਦੇ ਉੱਤੇ ਤੇ ਇਸ ਲਈ ਮਿਸਟਰ ਸਿੰਘ ਪ੍ਰੋਡਕਸ਼ਨ ਸਾਡੇ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਹੋਈ ਉਹਨਾਂ ਦੇ ਉਹਨਾਂ ਨੂੰ ਬੇਨਤੀ ਕੀਤੀ ਰਾਤੀ ਤੇ ਉਹਨਾਂ ਅੱਜ ਲਾਈਵ ਟੈਲੀਕਾਸਟ ਕੀਤੀ ਤੇ ਲਾਈਵ ਦੇ ਜ਼ਰੀਏ ਵਿਦੇਸ਼ਾਂ 'ਚ ਬੈਠੇ ਇਸ ਸਮਾਗਮ ਦਾ ਸਾਡੇ ਭਰਾ ਆਨੰਦ ਮਾਣ ਰਹੇ ਮਹਾਰਾਜ ਦੇ ਚਰਨਾਂ ਚ ਅਰਦਾਸਾਂ ਬੇਨਤੀਆਂ ਕਰਦਾ ਮਹਾਰਾਜ ਜੀ ਇਸ ਪਰਿਵਾਰ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖਿਓ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਦੇਸ਼ਾਂ ਵਿਦੇਸ਼ਾਂ ਚ ਪਰਦੇ ਗੱਜੀਆਂ ਤੇ ਖਾਲਸਾ ਜੀ ਆਪ ਸਮੁੱਚੀਆਂ ਸੰਗਤਾਂ ਨੂੰ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਕਿਉਂਕਿ ਭਰਤਗੜ੍ਹ ਦੀ ਧਰਤੀ ਕਰਮਾਂ ਵਾਲੀ ਸੀ ਭਾਗਾਂ ਵਾਲੀ ਸੀ ਜਿੱਥੇ ਸ਼੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਤੇ ਖਾਲਸਾ ਜੀ 25 ਸਾਲ ਦੀ ਉਮਰ ਸੀ ਜਦੋਂ ਸਰਦਾਰ ਸੂਰਤ ਸਿੰਘ ਦੇ ਕਿਲੇ 'ਚ ਜਾ ਕੇ ਉਹਦੇ ਸਿੰਘਾਸਣ ਦੇ ਬਹਿ ਗਏ ਪਰਿਵਾਰ ਨੇ ਉਸੇ ਦਿਨ ਇਸ ਗੱਲ ਦਾ ਅਹਿਸਾਸ ਕਰ ਲਿਆ ਸੀ ਇਹ ਬਾਲਕ ਕੋਈ ਆਮ ਨਹੀਂ ਇਹਦੇ ਕੋਈ ਪਹੁੰਚਿਆ ਹੋਇਆ ਸਾਧੂ ਲੱਗਦਾ ਜਦੋਂ ਮਾਨਪੁਰ ਗੁਰਮਤ ਵਿਦਿਆਲਿਆ ਸ਼੍ਰੀ ਅਖੰਡ ਪਾਠ ਸਾਹਿਬ ਕਰਨ ਦੇ ਲਈ ਜਥਾ ਆਇਆ ਸ਼੍ਰੀ ਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਤੁਹਾਨੂੰ ਮਾਜਰੇ ਵਾਲੇ ਮਹਾਂਪੁਰਖ ਆਏ ਉਹਨਾਂ ਦੇ ਕੋਲ ਆਪਣੇ ਚਰਨਾਂ ਤੇ ਮੱਥਾ ਟੇਕਿਆ ਬਾਬੇ ਅਜੀਤ ਸਿੰਘ ਜੀ ਉਸੇ ਦਿਨ ਹੀਰੇ ਦੀ ਕਦਰ ਹੁੰਦੀ ਆ ਜੋਹਰੀ ਨੂੰ ਜੋਹਰੀ ਨੇ ਪਛਾਣ ਲਿਆ ਹੀਰੇ ਨੂੰ ਕੀ ਹੋਇਆ ਜੀ ਆਪਾਂ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਦੋਂ ਜੇ ਸਤਿਗੁਰ ਨਦਰ ਕਰੇ ਜੇ ਮਹਾਰਾਜ ਦੀ ਨਦਰ ਹੋ ਜਾਏ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਇਸ ਦਰ ਦੇ ਉੱਤੇ ਗੱਲ ਹੈ ਨਦਰ ਦੀ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਨਦਰ ਕੀਤੀ ਸੀ ਬਾਬੇ ਨਾਨਕ ਨੇ ਕੌੜੇ ਰਿਠਿਆਂ ਤੇ ਮਿੱਠੇ ਕਰਤੇ ਨਦਰ ਕੀਤੀ ਸੀ ਤਪ ਦੇ ਕੜਾਹਿਆਂ ਤੇ ਠੰਡੇ ਠਾਰ ਕਰਦੇ ਕਹਿੰਦੇ ਨਜ਼ਰ ਰਹਿਮਤ ਸੇ ਜਿੱਧਰ ਨਾਨਕ ਇਸ਼ਾਰਾ ਕਰਦੀ ਸਰਦਾਰ ਕੋ ਸੂਤ ਕੀ ਅਕਤਰੇ ਕੋ ਦਰਿਆ ਕਰਦੀਆ ਬਨ ਕੇ ਸਾਡੀ ਜਾਨ ਕਿਸ ਐਸੇ ਪਿਲਾਈ ਆਪਨੇ ਹਿੰਦ ਕੀ ਕਿਆ ਬਾਤ ਜਹਾਂ ਜ਼ਾਹਰ ਦੀਵਾਨਾ ਕਰਦੀਆ ਹਿੰਦੂ ਮੁਸਲਮ ਕੇ ਮਿੱਟੇ ਝਗੜੇ ਗਲੇ ਸਭ ਮਿਲ ਗਏ ਉਪਰੋ ਇਮਾਮ ਇੱਕ ਜਾਂ ਕਾਂਸ਼ੀਓ ਕਾਬਾ ਕਰਦੀਆ ਦੈਂਤ ਸੇ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ ਤੰਦੋ ਕੀ ਤੋ ਬਾਤ ਕਿਆ ਯਹਾਂ ਤੋ ਰਿੱਠਾ ਵੀ ਮਿੱਠਾ ਕਰ ਸੱਚ ਹੈ ਇਸ਼ਕ ਕੀ ਪੱਠੀ ਮੇ ਡਾਲ ਕਰ ਕੁੰਦਨ ਕੀਆ ਲੈਣੇ ਕੋ ਅੰਗ ਲਗਾ ਅੰਗ ਤੇ ਅੰਗਾ ਕਰਦੀ ਆ ਇਸੇ ਤਰ੍ਹਾਂ ਜਦੋਂ ਆਪਣੇ ਪਿਆਰਿਆਂ ਦੇ ਉੱਤੇ ਨਜ਼ਰ ਹੋਈ ਨਾ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ
ਕਹਿੰਦੇ ਨੈਣਾ ਚਾਹਤ ਨੈਣਾ ਨੂੰ ਪਾਈ, ਨੈਣ ਚ ਪੈ ਗਏ ਨੈਣ, ਨੈਣ ਨੈਣਾ ਦੇ ਵਰਦੇ ਬਣ ਗਏ, ਨੈਣ ਨੈਣਾ ਨੂੰ ਕੁਝ ਕਹਿਣ, ਨੈਣ ਨੈਣਾ ਦੀ ਕਰਨ ਦਿਲਵਰੀ, ਨੈਣ ਨੈਣਾ ਵਿੱਚ ਰਹਿਣ ਬਾਰੀ, ਨੈਣ ਜਿਨ੍ਹਾਂ ਦੇ ਲੱਗ ਕੇ ਮੁੜ ਨਹੀਂ ਲੱਗਦੀ ਲੱਗਦੇ ਨੈਣ, ਆਂਖੋਂ ਸੇ ਆਂਖੇ ਮਿਲੀ ਮੁਲਾਕਾਤ ਹੋ ਗਈ, ਬਾਰ ਆਂਖੋਂ ਕੇ ਖਾਲੀ ਕਮੀ ਜਾਇਆ ਨਹੀਂ ਕਰਦੇ। ਬਾਬਾ ਮਹਿੰਦਰ ਸਿੰਘ ਸਾਹਿਬ ਨੇ ਬਾਬਾ ਅਜੀਤ ਸਿੰਘ ਅੰਸਾਰੀ ਵਾਲੇ ਨੂੰ ਆਪਣਾ ਬਣਾ ਲਿਆ। ਖਾਲਸਾ ਜੀ ਕਹਿੰਦੇ ਜਦੋਂ ਭਾਗ ਸੰਸਾਰੀਆਂ ਦੇ ਜਾਗਦੇ ਆ, ਸਿਰ ਕਰਨ ਨੂੰ ਭੇਜਦਾ ਰਾਮ ਸਾਹਿਬ, ਅੱਜ ਇੱਥੇ ਪਲ ਕੇ ਜਾਣ ਉੱਥੇ, ਕਿਉਂਕਿ ਮਾਰਵੇ ਵੀ ਰਹੇ ਢੰਗੜਾਲੀ ਵੀ ਰਹੇ, ਤੇ ਖਾਲਸਾ ਜੀ ਫਿਰ ਉਹ ਹੰਸਾਰੀ ਸਾਹਿਬ ਦੀ ਧਰਤੀ ਦੇ ਭਾਗ ਜਗਾਉਣੇ ਸੀ, ਉਹ ਨਿਰਮਲੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਜਦੋਂ ਭਾਗ ਸੰਸਾਰੀਆਂ ਦੇ ਜਾਗਦੇ ਆ, ਸੈਰ ਕਰਨ ਨੂੰ ਭੇਜਦਾ ਰਾਮ ਸਾਧੂ, ਅੱਜ ਇੱਥੇ ਭਲ ਕੇ ਜਾਣ ਉੱਥੇ ਕਥਾ ਨਾ ਕਰਨ ਰਾਮ ਸਾਧੂ, ਜਿੱਥੇ ਜਾਂਦੇ ਆ ਨਾਮ ਚ ਪਾਉਂਦੇ ਆ, ਦੁੱਖ ਕੱਟ ਕੇ ਦੇ ਰਾਮ ਸਾਧੂ, ਜਦੋਂ ਪ੍ਰੇਮ ਕੀਤਾ ਕੁਝ ਪ੍ਰੇਮੀਆਂ ਨੇ ਉਹਨਾਂ ਨੂੰ ਮਿਲਾ ਦਿੰਦੇ ਰਾਮ ਸਾਧੂ। ਸੰਗਤ ਜੀ ਕਹਿੰਦੇ ਉਂਗਲ ਫੜ ਲਈ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਦੇ ਨਾਲ ਹੀ ਤੁਰ ਪਏ, ਤੇ ਨਾਲੇ ਦੱਸਿਆ ਬਾਬਾ ਜੀ ਪਿਛਲੇ ਜਨਮ ਚ ਤੁਹਾਡੇ ਨਾਲ ਹੀ ਕੀਰਤਨ ਕਰਦੇ ਰਹੇ। ਖਾਲਸਾ ਜੀ ਇਹ ਸੱਚੀਆਂ ਦੀਆਂ ਗੱਲਾਂ, ਇਹ ਪੂਰੀਆਂ ਦੀਆਂ ਗੱਲਾਂ, ਉਹਨਾਂ ਦੀਆਂ ਨਹੀਂ ਜਿਹੜੇ ਰੀਸਾਂ ਕਰਦੇ ਗੁਰੂ ਗੋਬਿੰਦ ਸਿੰਘ ਜੀ। ਸਾਧੂ ਹੋਣਾ ਚਾਹੀਦਾ, ਸਵਾਦੂ ਦੁਨੀਆਂ ਦੇ ਸਵਾਦੂ ਬੜੇ ਪ੍ਰੀ ਕਰਦੇ ਆ, ਤੇ ਸੱਚਾ ਸਾਧੂ ਦੁਨੀਆਂ ਦੇ ਦੁੱਖ ਮਟਾਉਂਦਾ ਹੈ, ਲੋੜਵੰਦਾਂ ਦੀ ਮਦਦ ਕਰਦਾ ਹੈ। ਸੱਚਾ ਸਾਧੂ ਜਿਹੜਾ ਉਹਦੇ ਮੁੱਖ ਚੋਂ ਵਚਨ ਨਿਕਲ ਜਾਂਦਾ ਨਾ, ਉਹ ਕਦੇ ਵਿਅਰਥਾ ਨਹੀਂ ਜਾਂਦਾ। ਇਤਿਹਾਸ ਆਪ ਜੀ ਨਾਲ ਇਸ ਨਗਮੇ ਤੋਂ ਬਾਅਦ ਸਾਂਝਾ ਕਰਾਂਗੇ। ਬਾਬਾ ਬੁੱਢਾ ਸਾਹਿਬ ਜਿਹੜੇ ਸੰਸਾਰ ਦੀ ਬਾਜੀ ਨੂੰ ਜਿੱਤ ਕੇ ਗਏ, ਜਦੋਂ ਬਾਬਾ ਬੁੱਢਾ ਸਾਹਿਬ ਦਾ ਚਲਾਣਾ ਹੋਇਆ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੰਗਤਾਂ ਨੂੰ, ਕਹਿੰਦੇ ਸੰਗਤ ਜੀ ਵਧਾਈਆਂ। ਇੱਕ ਬਜ਼ੁਰਗ ਵਿੱਚੋਂ ਬੋਲਿਆ, ਸੱਚਿਆ ਪਾਤਸ਼ਾਹ ਜਦੋਂ ਘਰ ਦੇ ਵਿੱਚ ਕੋਈ ਖੁਸ਼ੀ ਹੁੰਦੀ ਆ, ਕੋਈ ਵਿਆਹ ਹੋਵੇ, ਕਿਸੇ ਬੱਚੇ ਦਾ ਜਨਮ ਹੋਵੇ, ਵਧਾਈਆਂ ਤੇ ਉਦੋਂ ਦਿੱਤੀਆਂ ਜਾਂਦੀਆਂ। ਤੇ ਮਹਾਰਾਜ ਜੀ ਅੱਜ ਦੇ ਬਾਬਾ ਬੁੱਢਾ ਸਾਹਿਬ ਦਾ ਕਾਲ ਚਲਾਣਾ ਹੋ ਗਿਆ, ਤੁਸੀਂ ਵਧਾਈਆਂ ਦੇ ਰਹੇ ਹੋ। ਮਹਾਰਾਜ ਜੀ ਕੀ ਕਹਿੰਦੇ ਆ, ਸੰਗਤ ਜੀ ਬਾਬਾ ਬੁੱਢਾ ਸਾਹਿਬ ਸੰਸਾਰ ਦੀ ਬਾਜੀ ਨੂੰ ਜਿੱਤ ਕੇ ਗਏ ਆ, ਇਸ ਕਰਕੇ ਅਸੀਂ ਆਪ ਜੀ ਨੂੰ ਵਧਾਈਆਂ ਦੇ ਰਹੇ ਹਾਂ। ਸੱਚ ਜਾਣਿਓ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਰੀ ਵਾਲੇ, ਉਹ ਵੀ ਸੰਸਾਰ ਦੀ ਬਾਜੀ ਨੂੰ ਜਿੱਤ ਕੇ ਗਏ ਆ। ਉਹ ਵੇਖੋ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਸੁਹਾਣੇ ਦਾ ਸ਼ਹੀਦਾਂ ਦਾ ਸਥਾਨ ਕਿਹਨੇ ਪ੍ਰਗਟ ਕੀਤਾ? ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਰੀ ਵਾਲੇ। ਐਵੇਂ ਨੀ ਸੰਗਤਾਂ ਚੁੱਕਦੀਆਂ ਉਹਨਾਂ ਦੇ ਦਰਦ। ਤੇ ਖਾਲਸਾ ਜੀ ਇੱਕ ਵੇਰ ਇਤਿਹਾਸ ਦੇ ਵਿੱਚੋਂ ਕਹਿੰਦੇ, ਜਦੋਂ ਕਲਕੱਤੇ ਤੋਂ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਜੂਰ ਸਾਹਿਬ ਨੂੰ ਜਾ ਰਹੇ ਸੀ ਨਾ, ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਮਹਾਰਾਜ ਨੂੰ ਅਰਦਾਸ ਬੇਨਤੀ ਕਰਕੇ ਉਹਨਾਂ ਦੀ ਗੱਡੀ ਰੋਕ ਲਈ। ਮਹਾਂਪੁਰਖ ਗੱਡੀ ਚ ਉਤਰੇ ਤੇ ਬਾਬਾ ਅਜੀਤ ਸਿੰਘ ਨੂੰ ਗਲਾਵੇ ਚ ਲੈ ਲਿਆ, ਗਲ ਦੇ ਨਾਲ ਲਾ ਲਿਆ, ਤੇ ਉਸ ਦਿਨ ਪੰਜ ਗੱਲਾਂ ਸਮਝਾਈਆਂ, ਤੇ ਉਹ ਸਾਰੀ ਜ਼ਿੰਦਗੀ ਬਾਬਾ ਅਜੀਤ ਸਿੰਘ ਸਾਹਿਬ ਨੇ ਪੱਲੇ ਬੰਨ ਕੇ ਰੱਖੀ। ਕਹਿੰਦੇ ਬਿਨਾਂ ਬੁਲਾਏ ਕਿਸੇ ਦੇ ਘਰ ਨਹੀਂ ਜਾਣਾ, ਕਿਸੇ ਤੋਂ ਚੀਜ਼ ਮੰਗ ਕੇ ਨਹੀਂ ਲੈਣੀ, ਬਾਜ਼ਾਰ ਚੋਂ ਕਿਸੇ ਚੀਜ਼ ਦੀ ਖਰੀਦ ਨਹੀਂ ਕਰਨੀ, ਜਦੋਂ ਵੀ ਆਰਾਮ ਕਰਨਾ ਦਰਵਾਜ਼ੇ ਨੂੰ ਕੁੰਡੀ ਮਾਰ ਲੈਣੀ, ਤੇ ਜਦੋਂ ਵੀ ਆਰਾਮ ਕਰਨਾ ਆਪਣੇ ਮੰਜੇ ਦੇ ਥੱਲੇ ਨਿਗਾਹ ਮਾਰਨੀ, ਤੇ ਕਦੇ ਜ਼ਿੰਦਗੀ ਦੇ ਵਿੱਚ ਕਰਤੱਵ ਨਹੀਂ ਬਦਲਣਾ। ਖਾਲਸਾ ਜੀ ਉਹਨਾਂ ਅਨਮੋਲ ਬਚਨਾਂ ਨੂੰ ਸਾਰੀ ਜ਼ਿੰਦਗੀ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਪੱਲੇ ਬੰਨਿਆ। ਐਵੇਂ ਨਹੀਂ ਅੱਜ ਉਹਨਾਂ ਦੀਆਂ ਜੈ ਜੈਕਾਰਾਂ ਹੋ ਰਹੀਆਂ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਖਾਲਸਾ ਜੀ ਆਓ ਨਮਸਕਾਰ ਕਰੀਏ ਸੰਤ ਬਾਬਾ ਅਜੀਤ ਸਿੰਘ ਜੀ ਨੂੰ, ਕਿਉਂ? ਕਿਉਂਕਿ ਉਹ ਭਵਜਲੋਂ ਪਾਰ ਉਤਾਰਦੇ ਆ, ਉਹ ਹੈਗੇ ਆ ਰੂਪ ਪਰਮਾਤਮਾ ਦਾ, ਵਿਗੜੇ ਹੋਏ ਕਾਸਵਾਦਿਆ, ਤੇ ਸੇਵਾ ਸੰਤਾਂ ਦੀ ਵਿਰਥੀ ਨਹੀਂ ਜਾ ਸਕਦੀ, ਜਿਹਨਾਂ ਸੇਵਾ ਕੀਤੀ ਉਹਨਾਂ ਮਾਣ ਪਾਇਆ, ਮਾਣ ਪਾ ਰਹੇ ਆ ਸਰਦਾਰ ਲਖਵੀਰ ਸਿੰਘ ਦਾ ਪਰਿਵਾਰ, ਮਹਾਰਾਜ ਨੇ ਹੋਰ ਰਹਿਮਤਾਂ ਦਾ ਮੀਂਹ ਬਰਸਾਉਣਾ। ਤੇ ਖਾਲਸਾ ਜੀ ਸਾਡੇ ਸਤਿਕਾਰਯੋਗ ਸਰਦਾਰ ਬਹਾਦਰ ਸਰਦਾਰ ਹਰੀਪਾਲ ਸਿੰਘ ਜੀ ਖਮਾਣੋ ਤੋਂ, ਉਹ ਵੀ ਪਿਆਰ ਚ ਹਾਜ਼ਰੀਆਂ ਭਰਨ ਵਾਸਤੇ ਆਏ ਆ, ਸਾਡੇ ਸਤਿਕਾਰਯੋਗ ਵੀਰ ਸਰਦਾਰ ਬਹਾਦਰ ਸਰਦਾਰ ਦਿਲਵਰ ਸਿੰਘ ਜੀ ਹਾਜ਼ਰੀਆਂ ਦੇ ਰਹੇ ਆ, ਹੋਰ ਗੁਰਮੁਖ ਪਿਆਰੇ ਬਾਬਾ ਬਿੰਦਰਾ ਜੀ ਕਿਸਾਨੀ ਮੋਰਚੇ ਦੇ ਅੰਦਰ ਇੱਕ ਸਾਲ
लगातार सेवा मनवाउंदे रहो। हां भी हाजरियां दे रहे आ भाई बहादुर सिंह जी खालसा हेड ग्रंथी गुरुद्वारा शहीद बुरज साहिब गढ़ी श्री चमकौर साहिब दी धरती ओ भी हाजरियां दे के गए होर साडे सत्कारयोग वीर हाजरियां दे रहे आ ਢਾਡੀ ਜਥੇਲੀ ਬੇਅੰਤ ਮਾਨ ਸਤਿਕਾਰ ਇਸ ਗੁਰਮੁਖ ਪਰਿਵਾਰ ਵੱਲੋਂ ਸ਼ੇਖੋ ਪਰਿਵਾਰ ਵੱਲੋਂ ਆਇਆ ਤੇ ਖਾਲਸਾ ਜੀ ਇੱਕ ਛੰਦ ਮਹਾਂਪੁਰਖਾਂ ਦਾ ਕਹਿ ਕੇ ਫਿਰ ਇਤਿਹਾਸ ਦਾ ਪੰਨਾ ਆਪ ਜੀਆਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਆਓ ਨਮਸਕਾਰ ਕਰੀਏ ਬਾਬਾ ਅਜੀਤ ਸਿੰਘ ਜੀ ਉਹ ਭਵਜ ਨੂੰ ਪਾਰ ਉਤਾਰਦੇ ਆ ਹੈਗੇ ਆ ਰੂਪ ਪਰਮਾਤਮਾ ਦਾ ਵਿਗੜੇ ਹੋਏ ਕਾਜ ਸਵਾਰਦੇ ਆ ਸੇਵਾ ਸੰਤਾਂ ਦੀ ਬਿਰਥੀ ਨਹੀਂ ਜਾ ਸਕਦੀ ਸੱਚਾ ਜੀ ਬਾਣੀ ਵਿੱਚ ਸਤਿਗੁਰੂ ਉਚਾਰਦੇ ਆ ਸੰਗਤ ਜੀ ਸੰਤ ਤੇ ਰਾਮ ਵਿੱਚ ਭੇਦ ਕੋਈ ਨਹੀਂ ਉਹ ਤੇ ਸਭ ਦੇ ਕਾਜ ਸਵਾਰਦੇ ਆ ਉਹ ਤੇ ਸਭ ਦੇ ਕਾਜ ਸਵਾਰਦੇ ਆ ਇੱਕ ਵਾਰ ਸੰਤਾਂ ਦਾ ਬਣਦੇ ਸਹੀ ਇੱਕ ਵਾਰ ਸੰਤਾਂ ਦਾ ਬਣਦੇ ਸਹੀ ਮੋਹ ਮੰਗੀਆਂ ਮੁਰਾਦਾਂ ਪਾਵੇਂਗਾ ਤੂੰ ਆ ਕੇ ਸੀਸ ਝੁਕਾ ਤੇ ਸਹੀ ਖਾਲੀ ਝੋਲੀਆਂ ਭਰ ਲੈ ਜਾਵੇਂਗਾ ਖਾਲੀ ਝੋਲੀਆਂ ਭਰ ਲੈ Thank you.
ਵਾਲਿਆਂ ਦੀ ਦਰਗਾਹ ਵਿੱਚ ਵੀ ਸਰਦਾਰੀ ਏ ਬਦਨ ਜ਼ਿੰਦਗੀ ਉਸੇ ਦੀ ਇਹਨਾਂ ਨੇ ਜਿੰਦ ਦੇ ਬਲ ਮਾਰੀ ਏ ਇਹਨਾਂ ਸੇਵਾ ਸਿਮਰਨ ਵਾਲਿਆਂ ਦੀ ਦਰਗਾਹ ਵਿੱਚ ਵੀ ਸਰਦਾਰੀ ਏ ਕਈ ਬਦਨ ਜ਼ਿੰਦਗੀ ਉਸੇ ਦੀ ਧਰਤੀ ਤੇ ਜਸ ਲੰਬਾ ਵਾਲਿਆਂ ਗਾਇਆ
ਮੰਗੀਆਂ ਮੁਰਾਦਾਂ ਪਾਵੇਗਾ ਮੂੰਹ ਮੰਗੀਆਂ ਮੁਰਾਦਾਂ ਹੋ ਪਾਵੇਗਾ ਤੇਰੀ ਨਦਰ ਸਬੱਲੀ ਪੈ ਜਾਏ ਜਿਸ ਦੇ ਗੁੱਡੀ ਅੰਬਰਾਂ ਉੱਤੇ ਚੜਾ ਜਾਂਦੀ ਰੁੜਦੀਆਂ ਲੱਖਾਂ ਹੀ ਸਿੱਪੀਆਂ ਸਮੁੰਦਰ ਕੰਢੇ ਸੁੱਚਾ ਮੋਤੀ ਕਿਸੇ ਇੱਕ ਦੇ ਗਲ ਪਾ ਜਾਂਦਾ ਤੂੰ ਤੇ ਰਹਿਮਤਾਂ ਦਾ ਉਹ ਖਜ਼ਾਨਾ ਏ ਬਖਸ਼ਿਸ਼ ਲੋਹੇ ਤੋਂ ਪਾਸ ਬਣਾ ਜਾਂਦੀ ਟੇਕ ਜਿੰਨਾ ਦੀ ਸੰਤ ਬਾਬਾ ਅਜੀਤ ਸਿੰਘ ਸਾਹਿਬ ਜੀ ਤੇਰੇ ਉੱਤੇ ਝੱਖੜਾਂ ਵਿੱਚ ਵੀ ਦੀਵੇ ਜਗਾ ਜਾਂਦੇ ਬੈਕੁੰਠ ਨਗਰ ਜਹਾਂ ਸੰਤ ਬਸ ਪ੍ਰਭ ਚਰਨ ਕਮਲ ਰਿਧ ਮਾਹੀ ਨਿਵਾਸਾ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁੱਖ ਹਰ ਨਾਮ ਦਿਆ ਕਬੀਰ ਸੋਈ ਮੁਖ ਧਨ ਹੈ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀ ਆਰਾਮ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੁਗਰਾਮ ਜਿਹੜੀ ਮਾਂ ਦੀ ਕੁੱਖ ਤੋਂ ਸਾਧੂ ਦਾ ਜਨਮ ਹੁੰਦਾ ਉਹ ਮਾਂ ਦੀ ਕੁੱਖ ਪਵਿੱਤਰ ਹੋ ਜਾਂਦੀ ਜਿਹੜੇ ਨਗਰ ਚ ਸਾਧੂ ਦਾ ਜਨਮ ਹੁੰਦਾ ਉਹ ਨਗਰ ਪਵਿੱਤਰ ਹੋ ਜਾਂਦਾ ਜਿੱਥੇ ਬਹਿ ਕੇ ਸਾਧੂ ਬੰਦਗੀ ਕਰਦਾ ਪਰ ਪਕਾਰਾਂ ਦੀਆਂ ਝੜੀਆਂ ਲਾਉਂਦਾ ਉਹ ਥਾਂ ਪੂਰਾ ਇਲਾਕਾ ਪਵਿੱਤਰ ਹੋ ਜਾਂਦਾ ਮਹਾਂਪੁਰਖ ਇੱਕ ਬਚਨ ਕਰਿਆ ਕਰਦੇ ਸੀ ਕਹਿੰਦੇ ਬੋੜ ਦੇ ਦਰਖਤ ਨੂੰ ਜਿੰਨੇ ਪੱਤੇ ਲੱਗੇ ਹੁੰਦੇ ਆ ਨਾ ਜੇ ਉਹਨੇ ਪੂਰਵਲੇ ਕਰਮ ਚੰਗੇ ਕੀਤੇ ਹੋਣ ਤਾਂ ਕਿਤੇ ਜਾ ਕੇ ਮਨੁੱਖੀ ਜਾਮਾ ਮਿਲਦਾ ਜੇ ਬੋੜ ਦੇ ਦਰਖਤ ਨੂੰ ਜਿੰਨੀਆਂ ਗੋਲਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੀ ਗਿਣਤੀ ਕਰ ਲਓ ਜੇ ਉਹਨੇ ਪੂਰਵਲੇ ਕਰਮ ਚੰਗੇ ਕੀਤੇ ਹੋਣ ਤੇ ਸਿੱਖਾਂ ਦੇ ਘਰ ਦਾ ਜਨਮ ਮਿਲਦਾ ਤੇ ਉਹਨਾਂ ਗੋਲਾਂ ਦੇ ਬੀਜਾਂ ਦੀ ਗਿਣਤੀ ਕਰ ਲਓ ਜੇ ਉਹਨੇ ਪੂਰਵਲੇ ਕਰਮ ਚੰਗੇ ਕੀਤੇ ਹੋਣ ਤਾਂ ਕਿਤੇ ਜਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਮਿਲਦੀ ਤੇ ਆਓ ਤੁਸੀਂ ਸਾਰੀ ਭਾਗਾਂ ਵਾਲੇ ਬੈਠੇ ਹੋ ਕਰਮਾਂ ਵਾਲੇ ਬੈਠੇ ਹੋ ਸਤਿਗੁਰਾਂ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਕੁਝ ਹੁਕਮ ਵੀ ਨੇ ਵੀਰਾਂ ਵੱਲੋਂ ਉਹ ਵੀ ਨਗਮੇ ਆਪ ਜੀ ਨਾਲ ਸਾਂਝੇ ਕਰਨੇ ਆ ਪਰ ਆਓ ਇੱਕ ਇਤਿਹਾਸ ਦਾ ਪੰਨਾ ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਚਰਨ ਪਰਸੇ ਇਸ ਧਰਤੀ ਦੇ ਖਾਲਸਾ ਜੀ ਜਦੋਂ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਬਾਬਤ ਭੱਟਾਂ ਨੇ ਲਿਖਿਆ ਧਰਨ ਗਗਨ ਨਭ ਖੰਡ ਮੈਂ ਜੋਤ ਸਭ ਰੂਪੀ ਰਹੇ ਹੋ ਭਾਈ ਭੰਨ ਮਥੁਰਾ ਕੱਛ ਭੇਦ ਨਹੀਂ ਗੁਰੂ ਅਰਜਨ ਕਰਦਾ ਜਿਹੜੇ ਆਪ ਸ੍ਰਿਸ਼ਟੀ ਦੇ ਪ੍ਰਤੱਖ ਮਾਲਕ ਪਰਮੇਸ਼ਰ ਨੇ ਉਹਨਾਂ ਦੇ ਮਹਿਲ ਉਹਨਾਂ ਦੇ ਧਰਮ ਸਪਤਨੀ ਮਾਤਾ ਗੰਗਾ ਜੀ ਮਾਓ ਸਾਹਿਬ ਨਗਰ ਜਿੱਥੇ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਵਿਆਹੁਣ ਵਾਸਤੇ ਆਏ ਲੰਮਾ ਸਮਾਂ ਹੋ ਗਿਆ ਘਰ ਦੇ ਵਿੱਚ ਔਲਾਦ ਨਹੀਂ ਤੇ ਮਾਤਾ ਜੀ ਦੀ ਜਠਾਣੀ ਹੈ ਬੀਬੀ ਕਰਮੋ ਪਿਰਤੀਏ ਦੀ ਘਰਵਾਲੀ ਹਰ ਵੇਲੇ ਮਾਤਾ ਜੀ ਨੂੰ ਮੰਦੇ ਮੰਦੇ ਬੋਲ ਬੋਲਦੀ ਮਾਤਾ ਜੀ ਦੇ ਕੀਮਤੀ ਵਸਤਰ ਪਏ ਵੇਖਣੇ ਤਾਂ ਵੀ ਕਬੂਲ ਮਾਤਾ ਜੀ ਦੇ ਘਰ ਪਸ਼ਮੀਨੇ ਜਰੀਆਂ ਸੁੱਕਣੇ ਪਏ ਵੇਖਣੇ ਤੇ ਤਾਂ ਵੀ ਕਬੂਲ ਇੱਕ ਦਿਨ ਮਾਤਾ ਗੰਗਾ ਜੀ ਕੇਸੀ ਇਸ਼ਨਾਨ ਕਰਕੇ ਬਾਹਰ ਨਿਕਲ ਉਹਨਾਂ ਕੇਸ ਪਛਾਹ ਨੂੰ ਸੁੱਟੇ ਤੇ ਛੱਡੇ ਬੀਬੀ ਕਰਮੋ ਦੇ ਪੈਰਾਂ ਉੱਤੇ ਪੈ ਗਏ ਇਹਨੇ ਸੜੀ ਹੋਈ ਨੇ ਆਖਿਆ ਪਤਾ ਕੀ ਕਹਿੰਦੀ ਗੰਗਾ ਤੇਰੇ ਘਰ ਦੇ ਪੁੱਤਰ ਹੈ ਹੀ ਕੋਈ ਤੂੰ ਮੇਰੇ ਪੈਰਾਂ ਤੇ ਛੱਡੇ ਮਾਰ ਕੇ ਮੇਰੇ ਪੁੱਤਰ ਮਿਹਰਬਾਨ ਦੀ ਮੌਤ ਲੋੜਦੀ ਆ ਮਾਤਾ ਜੀ ਨੇ ਹੱਥ ਜੋੜ ਦਿੱਤੇ ਨਹੀਂ ਭੈਣੇ ਇਹਨਾਂ ਤੇ ਮਿਹਰਬਾਨ ਤੈਨੂੰ ਨੀ ਪਿਆਰਾ ਜਿੰਨਾ ਮੈਨੂੰ ਪਿਆਰਾ ਇਹਨੂੰ ਤੇ ਮੈਂ ਆਪਣੀ ਜਾਨ ਨਾਲੋਂ ਵੀ ਵੱਧ ਕੇ ਪਿਆਰ ਕਰਦੀ ਹਾਂ ਕਹਿੰਦੀ ਪਤਾ ਮੈਨੂੰ ਕਿੰਨਾ ਕੁ ਪਿਆਰ ਕਰਦੀ ਆ ਤਾਂਹੀਓ ਕਰਦੀ ਆ ਕਿਉਂਕਿ ਤੂੰ ਜੱਗ ਤੋਂ ਉਤਰੀ ਚਲੀ ਜਾਣਾ ਤੇ ਮੇਰੇ ਪੁੱਤਰ ਨੇ ਸਭ ਕੁਝ ਸਾਂਭਣਾ ਇਹ ਮਾਂ ਨੇ ਗੱਲ ਸੁਣੀ ਤੇ ਕਾਲਜੇ ਦਾ ਰੁੱਖ ਭਰਿਆ ਗਿਆ ਤੇ ਦਾਸੀ ਨੇ ਵੀ ਆ ਕੇ ਦੱਸਿਆ ਕਿ ਪਿਰਥੀਏ ਨੂੰ ਬੜਾ ਚੁੱਕਦੀ ਸੀ ਕਰਮੋ ਪਿਰਥੀਆ ਕਹਿੰਦਾ ਸੀ ਨਾ ਇਹਨਾਂ ਦੇ ਘਰ ਧੀ ਨਾ ਪੁੱਤ ਨਾ ਗੱਟਾ ਨਾ ਗਹਿਣਾ ਇਹ ਸਾਰਾ ਕੁਝ ਸਾਡਾ ਹੀ ਆ ਆਪਾਂ ਹੈ ਲੈਣਾ ਗੁਰੂ ਅਰਜਨ ਸਾਹਿਬ ਮਹਿਲਾਂ ਚ ਆਏ ਮਾਤਾ ਗੰਗਾ ਜੀ ਨੂੰ ਨਿਰਾਸ਼ ਤੱਕਿਆ ਤੇ ਪੁੱਛਿਆ ਗੰਗਾ ਜੀ ਕੀ ਗੱਲ ਆਪ ਜੀ ਤੇ ਬੰਦਗੀ ਕਰਨ ਵਾਲੇ ਹੋ ਅੱਜ ਉਦਾਸ ਬੈਠੇ ਹੋ ਤੇ ਮਾਤਾ ਜੀ ਦੀਆਂ ਭੁੱਬਾਂ ਨਿਕਲ ਗਈਆਂ ਕਹਿੰਦੀ ਮੇਰੇ ਸਿਰ ਦੇ ਸਾਈਆਂ ਸ਼ਾਇਦ ਭਗਵਾਨ ਨੂੰ ਪਾਉਣ ਦੇ ਲਈ ਇਹਨਾਂ ਭਗਤ ਨਹੀਂ ਕਲਪਦਾ ਜਿੰਨਾ ਇੱਕ ਬੱਚੇ ਦੇ ਲਈ ਮਾਂ ਕਲਪਦੀ
ਬੱਚਿਆਂ ਬਾਅਦ ਨਾ ਸੌਂਦੀਆਂ ਜਗਤ ਅੰਦਰ ਮਾਵਾਂ ਇਹ ਮਾਵਾਂ ਬੱਚਿਆਂ ਨਾਲ ਹੀ ਹਨ ਠੰਡੀਆਂ ਠੰਡੀਆਂ ਛਾਵਾਂ ਬੱਚੇ ਹੋਣ ਤੇ ਜੁੜਦੀਆਂ ਬਾਵਾਂ ਨਾਲ ਬਾਵਾਂ ਬੱਚਿਆਂ ਬਾਝੋਂ ਮਾਣ ਨਾਲ ਵਿੱਚ ਭੈਣ ਭਰਾਵਾਂ ਬੱਚੇ ਹੋਣ ਤੇ ਰਹਿੰਦੀਆਂ ਹਨ ਦੂਰ ਬਲਾਵਾਂ ਬੱਚਿਆਂ ਬਿਨ ਹਮਦਰਦ ਜੀ ਸਭ ਸੁਣੀਆਂ ਹੀ ਸੁਣੀਆਂ ਹੀ ਸੱਚਿਆ ਪਾਤਸ਼ਾਹ ਮੈਨੂੰ ਪੁੱਤਰ ਦੀ ਦਾਤ ਚਾਹੀਦੀ ਸਤਿਗੁਰ ਕਹਿੰਦੇ ਗੰਗਾ ਜੀ ਪਰਮੇਸ਼ਰ ਦੇ ਦਰ ਕਿਸੇ ਚੀਜ਼ ਦਾ ਘਾਟਾ ਨਹੀਂ ਦੇਰ ਹੈ ਪਰ ਅੰਧੇਰ ਜੇ ਪੁੱਤਰ ਦੀ ਦਾਤ ਚਾਹੀਦੀ ਆ ਫਿਰ ਜਾਓ ਕਿਸੇ ਪੂਰਨ ਬ੍ਰਹਮ ਗਿਆਨੀ ਤੋਂ ਅਰਦਾਸ ਕਰੋ ਇਹ ਵਚਨ ਗੁਰੂ ਅਰਜਨ ਸਾਹਿਬ ਨੇ ਕਿਹਾ ਮਾਤਾ ਜੀ ਨੇ ਪੁੱਛਿਆ ਸੱਚਿਆ ਪਾਤਸ਼ਾਹ ਆਪ ਜੀ ਤੋਂ ਵੱਡਾ ਵੀ ਕੋਈ ਪੂਰਨ ਬ੍ਰਹਮ ਗਿਆਨੀ ਹੈ ਸਤਿਗੁਰ ਕਹਿੰਦੇ ਹਾਂ ਭਗਤ ਭਗਵਾਨ ਨਾਲੋਂ ਅੱਗੇ ਨੇ ਤੇ ਗੁਰਸਿੱਖ ਗੁਰੂ ਨਾਲੋਂ ਅੱਗੇ ਨੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ 125 ਸਾਲ ਦੀ ਜ਼ਿੰਦਗੀ ਗੁਜ਼ਾਰੀ ਉਹਦੇ ਵਿੱਚੋਂ 113 ਸਾਲ ਨਿਸ਼ਕਾਮ ਸੇਵਾ ਕੀਤੀ ਉਸ ਸਮੇਂ ਉਹ ਬੀੜ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਸਤਿਗੁਰ ਕਹਿੰਦੇ ਗੰਗਾ ਜੀ ਉਹਨਾਂ ਕੋਲ ਜਾ ਕੇ ਅਰਦਾਸ ਕਰਵਾਓ ਤੇ ਪੁੱਤਰ ਦੀ ਦਾਤ ਮਿਲ ਜਾਏ ਪਹਿਲੀ ਵਾਰੀ ਮਾਤਾ ਗੰਗਾ ਜੀ ਗਏ ਰੱਥਾਂ ਤੇ ਚੜ੍ਹ ਕੇ ਗੱਡਿਆਂ ਤੇ ਚੜ੍ਹ ਕੇ ਟਹਿਲਣਾਂ ਦਾਸੀਆਂ ਨਾਲ ਲੈ ਕੇ ਤੇ ਬਾਬਾ ਬੁੱਢਾ ਸਾਹਿਬ ਨੇ ਉੱਡਦੀਆਂ ਧੂੜਾਂ ਵੇਖੀਆਂ ਮੁੱਖ ਚੋਂ ਬਚਨ ਨਿਕਲ ਗਿਆ ਕਿ ਅੰਮ੍ਰਿਤ ਵੇਲੇ ਗੁਰੂ ਜੀ ਨੂੰ ਕੀ ਭਜਣਾ ਪੈ ਗਿਆ ਉਹ ਜਿਹੜਾ ਬਚਨ ਨਿਕਲਿਆ ਨਾ ਕਹਿੰਦੇ ਕਮਾਨ ਚੋਂ ਨਿਕਲਿਆ ਤੀਰ ਕਦੇ ਮੁੜ ਕੇ ਨਹੀਂ ਆਉਂਦਾ ਇਸੇ ਤਰ੍ਹਾਂ ਸਾਧੂ ਦੇ ਮੁੱਖ ਚੋਂ ਨਿਕਲਿਆ ਬਚਨ ਉਹ ਕਦੇ ਟਲਦਾ ਨਹੀਂ ਉਹ ਪੂਰਾ ਹੁੰਦਾ ਉਹ ਬਚਨ ਪੂਰਾ ਹੋਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਬੀਬੀ ਵੀਰੋ ਦਾ ਵਿਆਹ ਰੱਖਿਆ ਗਿਆ ਅੰਮ੍ਰਿਤ ਵੇਲੇ ਮੁੱਖ ਸਖਾ ਚੜ ਕੇ ਆ ਗਿਆ ਤੇ ਗੁਰੂ ਜੀ ਨੂੰ ਭਜਣਾ ਪਈਆਂ ਪਹਿਲੀ ਵਾਰੀ ਮਾਤਾ ਗੰਗਾ ਜੀ ਨਿਰਾਸ਼ ਵਾਪਸ ਪਰਤ ਆਏ ਉਦਾਸ ਬੈਠੇ ਆ ਸਤਿਗੁਰ ਜੀ ਆਏ ਆ ਕਹਿੰਦੇ ਗੰਗਾ ਜੀ ਪੁੱਤਰ ਦੀ ਦਾਤ ਮਿਲੀ ਕਿ ਨਹੀਂ ਕਹਿੰਦੇ ਨਹੀਂ ਮਹਾਰਾਜ ਬਾਬਾ ਬੁੱਢਾ ਸਾਹਿਬ ਤੇਰੀ ਜੀ ਨੇ ਕੀ ਆਖਿਆ ਉਹਨਾਂ ਆਖਿਆ ਕਿ ਦਾਤਾਂ ਦੇਣ ਵਾਲਾ ਤੇ ਗੁਰੂ ਅਰਜਨ ਹੈ ਮੈਂ ਤੇ ਉਸ ਦੇ ਦਰ ਦਾ ਕਾਹੀ ਹਾਂ ਉਹਦੇ ਡੰਗਰ ਚਾਰ ਛੱਡਦਾ ਉਹਦੇ ਟੁਕੜਿਆਂ ਤੇ ਪਲਦਾ ਤੁਸੀਂ ਮੇਰੇ ਕੋਲੋਂ ਦਾਤਾਂ ਮੰਗੀ ਜਾਂਦੇ ਹੋ ਸਤਿਗੁਰਾਂ ਨੇ ਪੁੱਛਿਆ ਗੰਗਾ ਜੀ ਗਏ ਕਿੱਦਾਂ ਸੀ ਕਹਿੰਦੇ ਜੀ ਟਹਿਲਣਾ ਦਾਸੀਆਂ ਨਾਲ ਲੈ ਕੇ ਰੱਥਾਂ ਤੇ ਚੜ੍ਹ ਕੇ ਗੱਡਿਆਂ ਤੇ ਚੜ੍ਹ ਕੇ ਸਤਿਗੁਰ ਕਹਿੰਦੇ ਬਸ ਆਹੀ ਫਰਕ ਜਦੋਂ ਕੁਝ ਲੈਣ ਜਾਈਏ ਉਦੋਂ ਉੱਚੇ ਬਣ ਕੇ ਨਹੀਂ ਉਦੋਂ ਨੀਵੇਂ ਬਣ ਕੇ ਜਾਈਦਾ ਉਦੋਂ ਦਾਤੇ ਬਣ ਕੇ ਨਹੀਂ ਉਦੋਂ ਭਿਖਾਰੀ ਬਣ ਕੇ ਜਾਈਦਾ ਹਮ ਭੀਖ ਤੋਂ ਭਿਖਾਰੀ ਤੇਰੇ ਤੂੰ ਮੁਝ ਪਦ ਹੈ ਦਾਤਾ ਹਮ ਮੇਲੇ ਤੁਮ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਗਲਾ ਤਾ ਗਿਆ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿੱਕੋ ਠਾਕੁਰ ਜਿਹੜੇ ਸੰਤ ਬਾਬਾ ਅਜੀਤ ਸਿੰਘ ਅੰਸਾਲੀ ਵਾਲਿਆਂ ਦੇ ਨਾਲ ਜਿਨ੍ਹਾਂ ਨੇ ਉਹਨਾਂ ਦੇ ਬਚਨ ਆਪਣੀ ਝੋਲੀ ਚ ਪਵਾਏ ਉਹਨਾਂ ਦੀ ਸੰਗਤ ਕੀਤੀ ਉਹ ਅੱਜ ਵੀ ਉਹਨਾਂ ਦੇ ਮੁੱਖ ਚੋਂ ਇਹੋ ਆਵਾਜ਼ ਨਿਕਲਦੀ ਹੈ ਕੀ ਕਹਿੰਦੇ ਆ ਅਸੀਂ ਭੁੱਲਣ ਹਾਰ ਬੜੇ ਤੇ ਤੂੰ ਬਖਸ਼ਣ ਹਾਰ ਬੜਾ ਸਾਡੇ ਜੇ ਪਾਪੀਆਂ ਨਾਲ ਤੇਰਾ ਫਿਰ ਵੀ ਪਿਆਰ ਬੜਾ ਜੋ ਸੋਚਿਆ ਨਹੀਂ ਤੂੰ ਉਹ ਦਿੱਤਾ ਤੇਰਾ ਧੰਨਵਾਦ ਤੂੰ ਜੋ ਦਿੱਤਾ ਤੂੰ ਸਾਡੇ ਐਬ ਗੁਨਾਹਾਂ ਨੂੰ ਇੱਕ ਨਜ਼ਰ ਦੇ ਨਾਲ ਲਗਾ ਚੰਨ ਜਿਵੇਂ ਚੜ੍ਹਨੇ ਲਈ ਆਸਾਂ ਹਨੇਰੇ ਤੇ ਛੱਡੀ ਬੈਠਾ ਏ ਲਾਂਡਰਾਂ ਵਾਲਾ ਵੀ ਸਭ ਕੁਝ ਦਾਤਿਆ ਤੇਰੇ ਤੇ ਛੱਡੀ ਬੈਠਾ ਜੀ ਕਦੇ ਮੋੜਿਆ ਨਾ ਦਰ ਆਇਆਂ ਨੂੰ ਖਾਲੀ ਦਾਤਿਆਂ ਨੇ ਰਹਿਣ ਨਾ ਦਿੱਤਾ ਦਰ ਉੱਤੇ ਕੋਈ ਸਵਾਲੀ ਦਾ ਸਤਿਗੁਰ ਕਹਿੰਦੇ ਗੰਗਾ ਜੀ ਜੁਗਤੀ ਦੱਸਦੇ ਆ ਅਸੀਂ ਦਾਤ ਬਾਬਾ ਬੁੱਢਾ ਸਾਹਿਬ ਤੋਂ ਹੀ ਮਿਲਣੀਆਂ ਇੱਕ ਵਾਰੀ ਫੇਰ ਸਤਿਗੁਰਾਂ ਨੇ ਜੁਗਤੀ ਦੱਸੀ ਅੱਧੀ ਰਾਤ ਤੇ ਮਾਤਾ ਗੰਗਾ ਜੀ ਕਰਕੇ ਇਸ਼ਨਾਨ ਹੱਥੀ ਪੀਸ ਕੇ ਪਿੱਸਣ ਬਾਬਾ ਬੁੱਢਾ ਸਾਹਿਬ ਲਈ ਆਪਣੇ ਦਸਤੇ ਮੁਬਾਰਕ ਨਾਲ ਪ੍ਰਸ਼ਾਦੇ ਪਿਆਰੇ ਮਿੱਸੇ ਪ੍ਰਸ਼ਾਦੇ ਗੰਡਾ ਅਚਾਰ ਲੈ ਲਿਆ ਜਾਗੀ ਲੱਸੀ ਦੀ ਸੀਸ ਤੇ ਟਕਾ ਲਈ ਤੁਰ ਪਏ ਬੀੜ ਵੱਲ ਨੂੰ ਬਾਬਾ ਬੁੱਢਾ ਸਾਹਿਬ ਨੇ ਜਦੋਂ ਮਾਤਾ ਗੰਗਾ ਜੀ ਨੂੰ ਤੱਕਿਆ ਨਾ ਜਾ ਕੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਕੇ ਮਹਿਲ ਜਾਣ ਜਾਗੀ ਲੱਸੀ ਦੀ ਸੀਸ ਤੋਂ ਉਤਾਰ ਲਈ ਆ ਮਿੱਸੇ ਪ੍ਰਸ਼ਾਦੇ ਗੰਡਾ ਅਚਾਰ ਲਿਆ ਤੇ ਬਾਬਾ ਬੁੱਢਾ ਸਾਹਿਬ ਐਡੇ ਜੋਸ਼ ਚ ਆਏ ਉਹਨਾਂ ਨੇ ਡੰਡੇ ਤੇ ਮੁੱਕੀ ਮਾਰੀ ਡੋਡੀ ਪੱਟ ਕੇ ਉਹ ਡਿੱਗੀ ਅਸਮਾਨ ਦੇ ਵਿੱਚ ਬਿਜਲੀ ਕਰ ਗਈ ਤੇ ਬਾਬਾ ਬੁੱਢਾ ਸਾਹਿਬ ਫਿਰ ਬਚਨ ਕਰਦੇ ਆ ਬਚਨ ਕੀ ਬਚਨ ਕੀਤਾ ਮਾਤਾ ਜੀ ਪੁੱਤਰ ਦੀ ਦਾਤ ਲੈਣ ਵਾਸਤੇ ਆਏ ਸੀ ਆਪ ਜੀ ਦੇ ਉੱਤੇ ਗੁਰੂ ਨਾਨਕ ਸਾਹਿਬ ਰੀਝ ਗਏ ਜਿੱਦਾਂ ਮੈਂ
मुक्की नाल कंडा भन्निया आप जी दे घर एहो जिहा महाबली योगा पैदा होवेगा ओ जाबरा दे सर ओ बाजा वाला ताजा वाला तख्ता वाला फौजा वाला होवेगा ओ दे तख्त ते दुनिया भी तख्त आके चुकिया करेगी एदा ए मैं नहीं दत्ती गुरु नानक साहिब नहीं दत्ती साधु दे परमेश्वर दे कोल बेनती कर दिंदे आ ते साधु दा कहा रब मोड़ दंगे खालसा जी जेडे सच्चे ने इबादत करदे ने बंदगी करदे ने उहनां दीआं गल्लां सिद्धियां फिर रब दे नाल ही हुंदियां ते आओ हुण जदों वचन हो गया बाबा बुढ़ा साहिब दा ते उस वेले पता लग्गिया अपणियां नूं कर्मां नूं पता लग्गिया घर वाले नूं बोलण लग पई चंगा हुंदा प्यो दी सेवा करदा गुरगद्दी दा मालिक तूं बनना सी तूं कहिंदा सी इन्हां ने जग तों ओंदरे चले जाणा पर इन्हां नूं बाबा बुढ़ा साहिब ने वचन करता कि इन्हां दे घर पुत्र पैदा होवेगा ਉਹ ਕਹਿੰਦਾ ਬਚਨੀ ਕੀਤਾ ਨਾ ਦਾੜੇ ਤੇ ਮੇਰੇ ਹੱਥ ਕਹਿੰਦਾ ਗੱਲ ਤਾਂ ਜੇ ਸਿਰੇ ਚੜਨ ਦੇ ਇਹ ਸੁਲਹੀ ਥਾਂ ਦੇ ਕੋਲ ਗਿਆ ਉਹਨੂੰ ਮਹਾਰਾਜ ਦੇ ਵਿਰੁੱਧ ਭੜਕਾ ਕੇ ਮਹਾਰਾਜ ਤੇ ਚੜਾ ਕੇ ਲੈ ਆਇਆ ਜਿਹਦਾ ਘੋੜਾ ਹੇਰਾ ਪਿੰਡ ਚ ਸੜ ਕੇ ਮਰ ਗਿਆ ਸੁਲਹੀ ਮੂਆ ਹੋਏ ਨਾ ਪਾਪ ਗੁਰਬਾਣੀ ਚ ਜ਼ਿਕਰ ਹੁੰਦਾ ਤੇ ਖਾਲਸਾ ਜੀ ਉਧਰ ਗੁਰੂ ਅਰਜਨ ਸਾਹਿਬ ਲੈ ਕੇ ਗੁਰੂ ਕੇ ਮਹਿਲਾਂ ਨੂੰ ਮਾਤਾ ਗੰਗਾ ਜੀ ਨੂੰ ਪਹੁੰਚ ਕੇ ਬਡਾਲੀ ਪਿੰਡ ਦੀ ਧਰਤੀ ਤੇ ਚੌਧਰੀ ਹੇਮੇ ਦੇ ਘਰ ਵਿਖੇ ਕੀਤਾ ਹੈ ਨਿਵਾਸ ਸਮਾਂ ਗੁਜ਼ਰਦਾ ਜਾਂਦਾ ਗੱਲ ਲੰਮੀ ਨਾ ਕਰਾਂ ਬਟ ਬਾਬੇ ਬੁੱਢੇ ਨੇ ਡੰਡੇ ਨੂੰ ਮਾਰ ਮੁੱਕੀ ਕਿਹਾ ਜੱਗ ਵਿੱਚ ਪੈਦਾ ਜਵਾਨ ਹੋਸੀ ਪਿਤਾ ਹੌਸਲੇ ਵਿੱਚ ਜ਼ਮੀਨ ਜੇਕਰ ਪੁੱਤਰ ਹੌਸਲੇ ਵਿੱਚ ਅਸਮਾਨ ਹੋਸੀ ਮੇਰੀ ਪੀਰੀ ਨਿਵਾਸ ਕੇ ਜੱਗ ਉੱਤੇ ਤੇਗਾ ਦੋ ਮਿਆਨ ਵਿੱਚ ਪਾਏਗਾ ਉਹ ਦੁਨੀਆ ਵੇਖੇਗੀ ਸ਼ੇਰ ਤੇ ਬੱਕਰੀ ਨੂੰ ਇੱਕੋ ਘਾੜ ਤੋਂ ਪਾਣੀ ਪਿਆਏਗਾ ਇਹੋ ਜਿਹੇ ਮਹਾਬਲੀ ਸਤਿਗੁਰ ਆਉਣਗੇ ਅੰਤ 21 ਹਾੜ ਸੰਮਤ 1655 ਬਿਕਰਮੀ ਸਨ 1595 ਜਿਵੇਂ ਮਾਤਾ ਗੰਗਾ ਜੀ ਦੀ ਕੁੱਖੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਸਾਹਿਬ ਦਾ ਬੇੜਾ ਰੁਸ਼ਨ ਆਇਆ ਉਸ ਵੇਲੇ ਦਾ ਖੁਸ਼ੀਆਂ ਦਾ ਨਗਮਾ ਲਾਂਡਰਾ ਵਾਲੇ ਜਥੇ ਤੋਂ ਸੁਣ ਗਈ Thank you.
राखा बनो गरीबा दे ढारिया दा लंका सोने दी अपनी साड़ नहीं नहीं बाल ली पट तई सबर कर लू ए कौमली कालजा फाड़ लेगा ए कौमली कालजा फाड़ लेगा चार जंगा गुरु हरगोबिंद साहब ने लड़ी ढाडिया सिख स्टेजा ते लिया अकाल तख्त साहब ते खड़ के शस्त्रधारी होने का ऐलान किया आखिया कोई किसी को राज न दे है जो ले है निज बल से ले है राज बिना में तहम चले है धर्म बिना सब दले मले है के राज भाग तक तो ताज कदे तरलिया नाल नहीं मिलदा कौम दे अजरनेलिया नू रंग तत्ते विच जूझना पैंदा ते सिर धड़ दियां बाजियां लाउणियां पैंदियां खालसा जी इतिहास कहिंदा जदों बजुर्ग अवस्था सी ना बाबा बुढ़ा साहिब दी नित अकाल तख्त साहिब ते गुरु हरगोबिंद साहिब दे दर्शनां नू जाणा महाराज ने कहा बाबा जी असि आप जी दे लई पालकी भेजिया करांगे आप जी पालकी च सवार हो के आया करो हुण पालकी च बाबा बुढ़ा साहिब दरबारियां लई आउंदे आ एक दिन गुरु हरगोबिंद साहिब ने आप जाके उस पालकी नूं मोढा दित्ता बाबा बुढ़ा साहिब नूं पता लग गया उन्हां पालकी रुकवा लई आप पालकी च उतरे गुरु हरगोबिंद साहिब ने भेस बदलिया होया पर बाबा बुढ़ा साहिब उन्हां अगे हथ जोड़ के खड़ गए सच्चिया पातशाह मेरी पालकी नूं मोढा नहीं जे मोढा देना ते मेरी अर्थी नूं दे खालसा जी परमेश्वर दे नाल परमेश्वर दे प्यारियां दीआं गल्लां
ਉਹਨਾਂ ਦੀਆਂ ਮੌਜਾਂ ਤੇ ਆਓ। ਵੀਰ ਦਪਿੰਦਰ ਸਿੰਘ ਜੀ ਸ਼ੇਖੋਂ ਲਾਈਵ ਟੈਲੀਕਾਸਟ ਤੱਕ ਰਹੇ ਆ। ਮੈਨੂੰ ਹੁਣੇ ਹੁਣੇ ਮੈਸੇਜ ਆਇਆ ਕਿ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰ ਦਿਓ ਤੇ ਅਗਲੇ ਸਾਲ ਲਈ ਵੀ ਕਹਿੰਦੇ ਤੁਸੀਂ ਹਾਜ਼ਰੀ ਭਰਨੀ ਹੈ। ਮੈਂ ਕਿਹਾ ਜਿਵੇਂ ਆਪ ਜੀਆਂ ਦਾ ਹੁਕਮ ਸੰਗਤਾਂ ਦਾ ਹੁਕਮ ਹੋਇਆ ਜ਼ਰੂਰ ਇਸ ਦਰ ਦੇ ਉੱਤੇ ਹਾਜ਼ਰੀਆਂ ਭਰਾਂਗੇ। ਆਓ ਉਹਨਾਂ ਵੱਲੋਂ ਜੋ ਹੁਕਮ ਨੇ ਉਹ ਦੋ ਨਗਮੇ ਆਪ ਜੀਆਂ ਨਾਲ ਸਾਂਝੇ ਕਰਨ ਦਾ ਯਤਨ ਕਰਨ ਲੱਗਾ। ਇੱਕ ਨਗਮਾ ਭਿੰਡਰਾਂ ਵਾਲੇ ਸੰਤਾਂ ਦਾ, ਬੰਦੂਕ ਤੋਂ ਦੁਨੀਆਂ ਡਰਦੀ ਆ, ਸ਼ਮਸ਼ੀਰ ਤੋਂ ਦੁਨੀਆਂ ਡਰਦੀ। ਕੱਲ ਕੀ ਦਰਜ ਨੇ ਕਿਹਾ ਨਾ, ਸ਼੍ਰੀ ਮੁਖ ਬਾਗ ਭਨਿਓ ਗਰੀਬ ਨਵਾਜ਼, ਸ਼ਸਤਰ ਦੇ ਅਧੀਨ ਹੈ ਰਾਜ, ਬੰਦੂਕ ਤੋਂ ਦੁਨੀਆਂ ਡਰਦੀ ਆ, ਸ਼ਮਸ਼ੀਰ ਤੋਂ ਦੁਨੀਆਂ ਡਰਦੀ, ਸੱਪ ਦੀ ਦੁਨੀਆਂ ਡਰਦੀ ਆ, ਸ਼ੇਰ ਦੀ ਦਹਾੜ ਤੋਂ ਦੁਨੀਆਂ ਡਰਦੀ ਆ, ਦੁੱਧ ਮੱਖਣਾ ਨਾਲ ਪਲੇ ਸਰੀਰ, ਉਹ ਤਕੜੇ ਸਰੀਰ ਤੋਂ ਦੁਨੀਆਂ ਡਰਦੀ ਆ। ਸੋਚ ਲਓ ਕਿੱਡਾ ਯੋਧਾ ਹੋ ਭਿੰਡਰਾਂ ਵਾਲਾ, ਜਿਹਦੀ ਤਸਵੀਰ ਤੋਂ ਦੁਨੀਆਂ ਡਰਦੀ ਆ, ਤੇਰੇ ਫੈਨ ਨਾ ਮੰਨਦੇ ਬੈਨ। ਕਹਿੰਦੇ ਆਹ ਨਗਮਾ ਸੁਣਾਇਓ, ਤੇਰੇ ਫੈਨ ਨਾ ਮੰਨਦੇ ਬੈਨ, ਫੋਟੋ ਤਾਂ ਲੱਗਦੀ ਰਹਿਣੀ। ਕਿਉਂਕਿ ਜਦੋਂ ਸੰਨ 1984 ਦਿੱਲੀ ਹੋਈ ਸਾਡੇ ਖੂਨ ਦੀ ਪਿਆਸੀ, ਲੱਖਾਂ ਦੀ ਫੌਜ ਅਕਾਲ ਤਖਤ ਸਾਹਿਬ ਤੇ ਅਟੈਕ ਕਰਨ ਦੇ ਲਈ, ਦਰਬਾਰ ਸਾਹਿਬ ਆਈਆਂ ਸੰਗਤਾਂ ਤੇ ਅਟੈਕ ਕਰਨ ਦੇ ਲਈ ਚੜ੍ਹ ਕੇ ਆ ਗਈ ਭਾਰਤ ਦੀ ਆਰਮੀ। ਇੱਕ ਪਾਸੇ ਲੱਖਾਂ ਦੀ ਫੌਜ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੇ ਸਿੰਘ, ਗਿਣਤੀ ਦੇ ਸਿੰਘ ਨੇ, ਉੱਥੇ ਜੰਗ ਹੋ ਰਿਹਾ। ਸ਼ਾਇਰ ਕਹਿੰਦਾ, ਡਗਾ ਡਗ ਵੱਜਦੇ ਨਗਾਰੇ ਵੇਖੋ, ਬੋਲੇ ਸੋ ਨਿਹਾਲਦੇ ਜੀ, ਗੂੰਜਦੇ ਜਕਾਰੇ ਨੇ, ਠਾਠਕ ਠਾਠਕ ਗੋਲੀਆਂ ਦੀ ਗੂੰਜ ਪੈਂਦੀ, ਸੀਨਾ ਡਾਲ ਕੇ ਬੈਠੇ ਅੱਗੇ ਗੁਰੂ ਦੇ ਪਿਆਰੇ ਨੇ, ਧਰਮ ਦਾ ਤੋਪਾਂ ਗੋਲੇ ਸੁੱਟ ਦੀਆਂ, ਖੋਲੇ ਹਥਿਆਰਾਂ ਮੂੰਹ ਸਿੰਘ ਵੀ ਨਾ ਹਾਰੇ ਨੇ, ਬਾਬ ਸ਼ੇਰਾਂ ਵਾਂਗੂ ਪੈਂਦੇ ਸਿੰਘ, ਲਾਂਡਰਾਂ ਵਾਲਿਆ ਯੋਧੇ, ਖਾਲਸੇ ਵੀ ਭਾਰੇ ਨੇ। ਖਾਲਸਾ ਜੀ ਉੱਥੇ ਗੱਜੇ ਭਿੰਡਰਾਂ ਦਾ ਸ਼ੇਰ, ਉੱਠੇ ਮਰਦ ਦਲੇਰ ਵੇਖ। ਜਦੋਂ ਗੱਜੇ ਨਾ ਯੋਧੇ, ਫਿਰ ਟੈਲੀਫੋਨ ਤੇ ਇੰਦਰਾ ਗਾਂਧੀ ਨੂੰ ਦੱਸਿਆ ਕੁਲਦੀਪ ਬਰਾੜ ਨੇ, ਕਹਿੰਦਾ ਟੈਲੀਫੋਨ ਤੇ ਦੱਸਦਾ ਬੀਬੀ, ਮਸਲਾ ਬੜਾ ਗੰਭੀਰ, ਇੱਥੇ ਦਮਦਮੀ ਟਕਸਾਲ ਦਾ ਮੁਖੀ ਬੜਾ ਬਲਬੀਰ, ਉਹਦੀ ਢਹਕ ਤੇ ਮੋਂਜਰ ਲਟਕਦਾ ਤੇ ਹੱਥ ਵਿੱਚ ਰੱਖਦਾ ਤੀਰ, ਉਹਦੇ ਸਿਰ ਤੇ ਪਰਨਾ ਕੇਸਰੀ, ਉਹਦਾ ਪਤਲਾ ਜਿਹਾ ਸਰੀਰ, ਉਹਦੀ ਸੁਣ ਲਲ ਤੇਰੀ ਭੱਜੀ ਫਰੇ ਕਤੀੜ, ਉਹਦੀ ਜਿੱਤ ਯਕੀਨੀ ਰਾਣੀਏ ਦੇ ਤੇਰੀ ਹਾਰ ਅਗੀਰ, ਕਿਉਂਕਿ ਗੱਜੇ ਭਿੰਡਰਾਂ ਦਾ ਸ਼ੇਰ, ਉੱਠੇ ਮਰਦ ਦਲੇਰ ਵੇਖ ਲੈ, ਪੂਰੀ ਫੌਜ ਨੂੰ ਛੜਵਾਤੀ ਜਿੰਨਾ ਕੰਪਣੀ, ਉਹ ਪੈਦਾ ਕੀਤੇ ਐਸੇ ਤੂੰ ਪਲੇਰ ਵੇਖ ਲੈ, ਓਏ ਥੋਡੀਆਂ ਨਾਸਾਂ ਚੋਂ ਕਢਵਾਇਆ ਕਿ ਨਹੀਂ ਧੂਆਂ, ਮੋਰਦੇ ਦੇ ਵੀ ਕਢਵਾਇਆ, ਥੋਡੀਆਂ ਨਾਸਾਂ ਚੋਂ ਕਢਵਾਇਆ ਕਿ ਨਹੀਂ ਧੂਆਂ, ਹੋਈ ਬਾਜਾਂ ਵਾਲੇ ਦੀ ਮੇਰ ਵੇਖ ਲੈ, ਓਏ ਤੁਹਾਨੂੰ ਫੋਟੋ ਕੋਲੋਂ ਅਜੇ ਵੀ ਡਰ ਲੱਗਦਾ ਹੈ, ਤੁਹਾਨੂੰ ਫੋਟੋ ਕੋਲੋਂ ਅਜੇ ਵੀ ਡਰ ਲੱਗਦਾ ਹੈ, ਪਰ ਉਹ ਤਾਂ ਪੰਥ ਵਿੱਚੋਂ ਦਿਸੇ ਤੂੰ ਫੇਰ ਵੇਖ ਲੈ, ਉਹ ਤਾਂ ਕੌਮ ਵਿੱਚੋਂ ਦਿਸੇ ਤੂੰ ਫੇਰ ਵੇਖ ਲੈ, ਨਹੀਂ ਰੀਸਾਂ ਸੱਤ ਜਰਨੈਲ ਦੀਆਂ, ਭਾਜੜ ਪਾਉਂਦਾ ਦਿੱਲੀ ਦਰਬਾਰਾਂ ਨੂੰ, ਸਮੇਂ ਸਮੇਂ ਤੇ ਯੋਧੇ ਰਹੇ ਉੱਠਦੇ, ਭੜਕ ਮਾਰ ਜੋ ਲਲਕਾਰੇ ਸਰਕਾਰਾਂ ਨੂੰ, ਭੜਕ ਮਾਰ ਜੋ ਲਲਕਾਰੇ ਸਰਕਾਰਾਂ ਨੂੰ, ਲੱਖ ਫੱਕ ਵੇਲਾ ਸਰਕਾਰੇ, ਕਦੇ ਲੁਕਦੇ ਨਾ ਚੰਨ ਤਾਰੇ, ਲੱਖ ਫੱਕ ਵੇਲਾ ਸਰਕਾਰੇ, ਕਦੇ ਲੁਕਦੇ ਨੀ ਚੰਨ ਤਾਰੇ, ਕਰ ਲੈ ਕਰਨੇ ਜਿੰਨੇ ਕਾਰੇ, ਦਿਲਾਂ ਵਿੱਚ ਵਸਦੀ ਰਹਿਣੀਆਂ, ਰਹਿਣੀਆਂ
ਹੀ ਰਹਿਣੀਆਂ ਸੰਤਾਂ ਦੇ ਫੈਨ ਮੰਨਦੇ ਹੋ ਭੈਣ ਫੋਟੋ ਤਾਂ ਲੱਗਦੀ ਰਹਿਣੀਆਂ ਠੰਡੇ ਥਾਰ ਬੰਦਿਆਂ ਨੂੰ ਦੱਬ ਲੈਂਦੇ ਲੋਕੀ ਇੱਥੇ ਜੋ ਦਾਵਾ ਹਰ ਕੋਈ ਕਰਦਾ ਚਾਨੂ ਤੇ ਜਾਣ ਟਾਵੀ ਟਾਵੀ ਮਾਂ ਜੰਮੇ ਯੋਧਾ ਸੂਰਬੀਰ ਇੱਥੇ ਜਿਹੜਾ ਸੂਰਜ ਦੀ ਅੱਖ ਵਿੱਚ ਅੱਖ ਪਾਉਣੀ ਜਾਣਦਾ ਜਪ ਕੇ ਅਕਾਲ ਉਨਕਾਲ ਹੁੰਦਾ ਕੀਤਾ ਵਸ ਕਰ ਧਰਮ ਦੀ ਦੁਨੀਆ ਚ ਅੱਤ ਜਾਣਾ ਹੁੰਦਾ ਏ ਕੁਝ ਕੁ ਸਿਰਾਂ ਨੂੰ ਹੁੰਦਾ ਵਰਦਾਨ ਧੁਰੋਂ ਆਇਆ ਉਹਨਾਂ ਝੁਕਣਾ ਨਹੀਂ ਹੁੰਦਾ ਉਹਨੀ ਝੁਕਣਾ ਨਹੀਂ ਹੁੰਦਾ ਉਹਨੀ ਲੱਥ ਜਾਣਾ ਹੁੰਦਾ ਪ੍ਰਬੰਧਕ ਵੀਰਾਂ ਤੋਂ ਦਸ ਕੁ ਮਿੰਟ ਹੋਰ ਲਵਾਂਗਾ ਕਿਉਂਕਿ ਸਮਾਂ ਡੇਢ ਵਜੇ ਤੱਕ ਦਾ ਪਰ ਦਸ ਕੁ ਮਿੰਟ ਬੇਨਤੀ ਕਰਕੇ ਹੋਰ ਮੰਗਦਾ ਕਿਉਂਕਿ ਵੀਰਾਂ ਵੱਲੋਂ ਹੁਕਮ ਸੀ ਸਰਦਾਰ ਸੰਦੀਪ ਸਿੰਘ ਸਿੱਧੂ ਬੀਰਦੀਪ ਸਿੱਧੂ ਵਾਲਾ ਨਗਮਾ ਜ਼ਰੂਰ ਸੁਣਾ ਉਹ ਯੋਧਾ ਜਿਹੜਾ ਆਪਣੇ ਸੁੱਖ ਆਰਾਮ ਛੱਡ ਕੇ ਪੰਜਾਬ ਦੇ ਦੁੱਖ ਝੋਲੀ ਚ ਪਾ ਕੇ ਪੰਥ ਲਈ ਪੰਜਾਬ ਲਈ ਤੁਰਿਆ ਜਿਸ ਦਿਨ ਦਾ ਤੁਰਿਆ ਨਾ ਰੁਕਿਆ ਨਾ ਚੁੱਕਿਆ ਨਾ ਅੱਕਿਆ ਨਾ ਥੱਕਿਆ ਤੇ ਨਾ ਵਿਕਿਆ ਤੇ ਅੱਜ ਉਸ ਯੋਧੇ ਦੀਆਂ ਤਸਵੀਰਾਂ ਵਿਖਦੀ ਡੇਢ ਸਾਲਾਂ ਦੇ ਅੰਦਰ 40 ਸਾਲਾਂ ਜਿੱਡਾ ਕੰਮ ਕਰ ਗਿਆ 40 ਸਾਲਾਂ ਜਿਹਾ ਜਿਹਨੇ ਭਿੰਡਰਾਂ ਵਾਲੇ ਸੰਤਾਂ ਦੀ ਸੋਚ ਤੇ ਪਹਿਰਾ ਦਿੱਤਾ ਰਾਜਾਂ ਦੀ ਖੁਦ ਮੁਖਤਿਆਰੀ ਦੀ ਗੱਲ ਕੀਤੀ ਸ਼ਾਇਰ ਕਹਿੰਦਾ ਭਿੰਡਰਾਂ ਵਾਲੇ ਸੰਤਾਂ ਦੀ ਸੋਚ ਤੇ ਦੀਪ ਸਿੰਘ ਤੋਂ ਪੂਰਾ ਖੜਦਾ ਸੀ ਸਰਕਾਰਾਂ ਤੈਥੋਂ ਡਰਦੀਆਂ ਸੀ ਪਰ ਤੂੰ ਸਰਕਾਰਾਂ ਤੋਂ ਨਾ ਡਰਦਾ ਸੀ ਜੇ ਤੂੰ ਗਦਾਰ ਹੁੰਦਾ ਅੱਜ ਤੂੰ ਵੀ ਸੀ ਜੱਗ ਤੇ ਜਿਉਣਾ ਮੰਨੇ ਧਾਲੀਵਾਲ ਨੇ ਨਹੀਂ ਸੀ ਲਿਖਣਾ ਤੇ ਜਸ ਲਾਂਡਰਾਂ ਵਾਲਿਆਂ ਨਹੀਂ ਸੀ ਉਹ ਕੈਸਾ ਯੋਧਾ ਸੀ ਉਹ ਇੱਕ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਸਫਲ ਤਿੰਨਾਂ ਦਾ ਜੀਵਿਆ ਬਾਹੂ ਕਬਰ ਜਿਨ੍ਹਾਂ ਦੀ ਜਿਵੇ ਜਿਹਦੀ ਮੜੀ ਦੀ ਰਾਖ ਵੀ ਲੋਕ ਚੁੱਕ ਚੁੱਕ ਕੇ ਆਪਣੇ ਘਰਾਂ ਨੂੰ ਲੈ ਗਏ ਖਾਲਸਾ ਜੀ ਜਿਹੜਾ ਗਾਉਂਦਾ ਸੀ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਉਹਨੇ ਖਾ ਕੇ ਦੱਸਿਆ ਸਾਡੇ ਗੁਰੂ ਸਹਿਬਾਨਾਂ ਦਾ ਸੰਕਲਪ ਰਾਜ ਕਰੇਗਾ ਖਾਲਸਾ ਇਹ ਸਮਝਾ ਕੇ ਦੱਸਿਆ ਤੇ ਲਾਲ ਕਿਲੇ ਦੀ ਕੇਸਰੀ ਝੰਡਾ ਚੜ੍ਹਾ ਕੇ ਦੱਸਿਆ ਕਿ ਅਸੀਂ ਬਾਬੇ ਬਘੇਲ ਸਿੰਘ ਦੇ ਵਾਸੇ ਅਸੀਂ ਬਾਬੇ ਜੱਸਾ ਸਿੰਘ ਆਲੂਵਾਲੀਏ ਦੇ ਬਾਬੇ ਜੱਸਾ ਸਿੰਘ ਰਾਮਗੜੀਏ ਦੇ ਵਾਸੇ 19 ਵਾਰੀ ਤੈਨੂੰ ਜਿੱਤਿਆ ਅੱਜ 20 ਵਾਰੀ ਜਿੱਤ ਕੇ ਚੱਲੇ ਆ 20 ਵਾਰੀ ਦਿੱਲੀਏ ਤੇਰੀ ਹੱਕ ਤੇ ਕੇਸਰੀ ਝੰਡੇ ਗੱਡ ਕੇ ਚੱਲਾ ਗੁਰੂ ਕਾ ਪੰਥ ਤੇ ਖਾਲਸਾ ਜੀ ਸਾਡੇ ਆਪਣਿਆਂ ਨੇ ਉਹਨੂੰ ਗਦਾਰੀਆਂ ਦੇ ਸਰਟੀਫਿਕੇਟ ਵੀ ਦਿੱਤੇ ਪਰ ਉਹ ਜਿੱਥੇ ਸਾਡਾ ਕਿਸਾਨੀ ਮੋਰਚਾ ਲੱਗਾ ਨਾ ਉਸੇ ਦਿੱਲੀ ਦੀ ਧਰਤੀ ਦੇ ਉੱਤੇ ਉਹਦੇ ਮੱਥੇ ਚੋਂ ਖੂਨ ਵਗਿਆ ਉਹ ਪਾਕ ਪਵਿੱਤਰ ਲਹੂ ਜਿਹੜਾ ਕਹਿ ਰਿਹਾ ਸੀ ਵੀਰੋ ਮੈਂ ਗਦਾਰ ਨਹੀਂ ਮੈਂ ਸਰਦਾਰ ਹਾਂ ਸਰਦਾਰ ਤੇ ਖਾਲਸਾ ਜੀ ਜਦੋਂ ਉਹ ਵੀਰਾ ਸਾਨੂੰ ਛੱਡ ਕੇ ਤੁਰਿਆ ਨਾ ਉਹਦੇ ਸੰਸਕਾਰ ਦੇ ਉੱਤੇ ਲੱਖਾਂ ਦਾ ਇਕੱਠ ਸੀ ਲੱਖਾਂ ਦਾ ਇਕੱਠ ਕਹਿੰਦੇ ਇੱਕ ਬੱਚੇ ਨੇ ਪਿਓ ਕੋਲੋਂ ਸੀ ਗੱਲ ਇੱਕ ਪੁੱਛ ਲਈ ਸਿਵਿਆਂ ਚੱਕੇ ਦੀ ਇਹ ਅੱਗ ਬਲੀ ਚਾਹੁੰਦੀ ਆ ਸਤਨਾਮ ਵਾਹਿਗੁਰੂ ਦਾ ਜਾਪ ਮੁੱਖੋਂ ਹੋ ਰਿਹਾ ਖੜੀਏ ਜੋ ਦੁਨੀਆਂ ਕਿਉਂ ਅੱਖਾਂ ਵਲੀ ਜਾਂਦੀ ਖੜੀਏ ਜੋ ਦੁਨੀਆਂ ਉਹ ਅੱਖਾਂ ਵਲੀ ਜਾਂਦੀ ਆ ਪਿਓ ਨੇ ਜਵਾਬ ਦਿੱਤਾ ਪੁੱਤਰਾ ਉਦੋਂ ਕੋਈ ਰੋਕ ਸਕੇ ਨਾ ਹੰਝੂਆਂ ਨੂੰ ਉਦੋਂ ਕੋਈ ਰੋਕ ਸਕੇ ਨਾ ਹੰਝੂਆਂ ਨੂੰ ਸੱਚ ਨਾਲ ਜੁੜੀ ਜਦੋਂ ਚਲੀ ਜਾਂਦੀ ਆ ਦੀਪ ਸਿੱਧੂ ਨਾ ਸੀ ਇਸ ਮਾਂ ਦੇ ਸ਼ੇਰ ਦਾ ਦੀਪ ਸਿੱਧੂ ਨਾ ਸੀ ਇਸ ਮਾਂ ਦੇ ਸ਼ੇਰ ਦਾ ਇਹ ਸਰੀਰ ਨਹੀਂ ਇਹ ਪੰਜਾਬੀਆਂ ਦੀ ਤਕਦੀਰ ਸੜੀ ਜਾਂਦੀ ਆ ਇਹ ਸਰੀਰ ਨਹੀਂ ਇਹ ਪੰਜਾਬੀਆਂ ਦੀ ਤਕਦੀਰ
माफ करी तू ओनानू इल्जाम जिन्होंने लाए ने गद्दार जिन्होंने कहा सी ओना भी सोग मनाए माफ करी तू ओना नू इल्जाम जिन्हां ने लाए माफ करी तू ओना नू इल्जाम जिन्हां ने लाए ने गद्दार जिन्हां ने कहा सी ओना भी सोग मनाए सानू छड तू दूर गया हां सानू छड तू दूर गया हाले भी आखे रोना नहीं घाटा तेरा दीप सिया कदे भी पूरा होना नहीं घाटा तेरा दीप सिया कदे भी पूरा होना नहीं कदे भी पूरा पर पग का मुकाबला नहीं कोई महंगे मुल मिली आ सरदारी सिंघां नूं अज कोडियां दे बड़े गवाई जाने पगां दुमालियां जिहां नहीं कितों रोब लभणा लख टोपियां नाल सेल्फियां लाई जाने जेड़ी धौण ना सी चुकी अज नाइयां मोहरे बैठ लांडरा वालिया कड़े पग का मुकाबला नहीं कोई जिन्हों फैशन के हड़ चढ़ाई वजदा जो गैरत नाल जीने टूटे खंब भरी उड़ारी ओ बाज है पग जीने दुश्मना दे भी फट सीधे ओ लिहाज है पग खुद फट के टकियां इज्जत ओ लाज राज है पग किले जित के भी मारी ठोकर ओ राज है पग मंग दे ताई कीता महाराजा ओ ताज है पग आओ वीरो आज उस ताज नु सामी क्योंकि शेर पिंजरे च भी चाहे जान डके पर इजड़ा दे बांगू कदे तुन्ने ना जान शिकार करके शिकार करके चाहे लालन खला पर भेडा वांगू शेर कदे मुन्ने ना जान भेडा वांगू शेर कदे मुन्ने ना जान हो
हीरा कोहे नूर जिहा, ओ हीरा कोहे नूर जिहा, दिन मिलता नहीं जागे उते कोई, ओ टोपी भावे सोने दी लेरा, ओ टोपी भावे सोने दी लेरा, पर पग दा मुकाबला नहीं कोई, ओ टोपी भावे सोने दी लेरा, पर पग दा मुकाबला नहीं कोई। ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਤਿਕਾਰਯੋਗ ਵੀਰ ਦਿਲਵਰ ਸਿੰਘ ਜੀ, ਉਹਨਾਂ ਦਾ ਧੰਨਵਾਦ। ਆਪ ਸਮੁੱਚੀਆਂ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕ ਜਨਾਂ ਦਾ, ਬਾਬਾ ਜੀ ਬਾਬਾ ਨਛੱਤਰ ਸਿੰਘ ਜੀ ਉਹਨਾਂ ਦਾ ਧੰਨਵਾਦ। ਸਾਊਂਡ ਵਾਲੇ ਵੀਰਾਂ ਦਾ ਧੰਨਵਾਦ, ਵੀਡੀਓ ਵਾਲੇ ਵੀਰਾਂ ਦਾ, ਮਿਸਟਰ ਸਿੰਘ ਪ੍ਰੋਡਕਸ਼ਨ ਲਾਈਵ ਟੈਲੀਕਾਸਟ ਹੋ ਰਿਹਾ, ਇਹਨਾਂ ਵੀਰਾਂ ਦਾ ਧੰਨਵਾਦ। ਸਤਿਕਾਰਯੋਗ ਸਰਦਾਰ ਬਹਾਦਰ ਸਰਦਾਰ ਲਖਵੀਰ ਸਿੰਘ ਜੀ ਸ਼ੇਖੋਂ, ਸਰਦਾਰ ਬਹਾਦਰ ਸਰਦਾਰ ਦਪਿੰਦਰ ਸਿੰਘ ਜੀ ਸ਼ੇਖੋਂ, ਇਹਨਾਂ ਵੀਰਾਂ ਦੇ ਉਪਰਾਲੇ ਸਦਕਾ ਆਪ ਸੰਗਤਾਂ ਦੇ ਜੋੜੇ ਝਾੜੇ ਆ। ਮਹਾਰਾਜ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ, ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਇਸ ਪਰਿਵਾਰ ਦੀ, ਆਪ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਕੋਟਾਨ ਕੋਟਾਨ ਸ਼ੁਕਰ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹੜੇ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਨਦਰੋਂ ਨਦਰ ਨਿਹਾਲ ਕਰ ਰਹੇ ਆ। ਗੁਰੂ ਕੇ ਵਜ਼ੀਰਾਂ ਦਾ ਧੰਨਵਾਦ। ਆਓ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਲੱਖ 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 ਬੇਅੰਤ 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 ਵਧਾਈਆਂ। ਆਪ ਸਮੁੱਚੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਇੱਕ ਖੁਸ਼ੀਆਂ ਦਾ ਜਕਾਰਾ ਗਜਾਉਣਾ ਤੇ ਤੁਸੀਂ ਸਾਰਿਆਂ ਦੇ ਨਾਲ ਸਾਥ ਦੇਣਾ। ਖੁਸ਼ੀਆਂ ਦਾ ਜਕਾਰਾ ਗਜਾਵੇ, ਨਿਹਾਲ ਹੋ ਜਾਵੇ, ਛੇਵੇਂ